ਜਿਉਂ ਜਾਣ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰੂ ਇੱਕ ਦੇਹ 부ਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਣਾਂ ਜਾਹੀ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਅਦਬ ਭਾਉ ਵਿੱਚ ਸਜੀ ਸਾਧ ਸੰਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਾਤਸ਼ਾਹ ਜੀ ਨੇ ਆਪਣੀਆਂ ਰਹਿਮਤਾਂ ਵਰਤਾਈਆਂ ਹਰ ਸਾਲ ਦੀ ਤਰ੍ਹਾਂ ਆਪਣੀ ਬਖਸ਼ਿਸ਼ ਕਰਕੇ ਰਹਿਮਤ ਕਰਕੇ ਸਤਿਗੁਰੂ ਜੀ ਜੋ ਸੇਵਾ ਲੈ ਰਹੇ ਨੇ ਸਿੱਖ ਕੌਮ ਦੀ ਮਾਨਮਤੀ ਸੰਸਥਾ ਕਲਗੀਧਾ ਟ੍ਰਸਟ ਬੜੂ ਸਾਹਿਬ ਐਜੂਕੇਸ਼ਨ ਦੇ ਖੇਤਰ ਵਿੱਚ ਜਿੱਥੇ ਵੱਡੀਆਂ ਮੱਲਾਂ ਮਾਰੀਆਂ ਜਾ ਰਹੀਆਂ ਉਹ ਵਿਦਿਆ ਕਿਤੇ ਖੁਸ਼ਕ ਨਾ ਕਰ ਦੇ ਸਾਡੇ ਦਿਮਾਗ ਨੂੰ ਇਸ ਲਈ ਨਾਲ ਬਾਣੀ ਦਾ ਬੋਧ ਬਾਣੀ ਦਾ ਰਾਸ ਗੁਰਮਤਿ ਦਾ ਰੰਗ ਉਹ ਜ਼ਰੂਰੀ ਚਾੜਿਆ ਜਾ ਰਿਹਾ ਸਾਧ ਸੰਗਤ ਇਸ ਉਦਮ ਨੂੰ ਨਮਸਕਾਰ ਹੈ ਥਾਂ ਪਰ ਥਾਂ ਲਗਾਤਾਰ ਸਕੂਲਾਂ ਵਿੱਚ ਜਿੰਨੀਆਂ ਵੀ ਅਕੈਡਮੀਜ਼ ਨੇ ਗੁਰਮਤਿ ਦੀ ਪ੍ਰਪੱਕਤਾ ਇੱਕ ਚੰਗਾ ਉੱਚਾ ਸੁੱਚਾ ਜੀਵਨ ਸਿਰਜਣ ਵਾਸਤੇ ਬੱਚਿਆਂ ਦੇ ਅਦਰਸ਼ਕ ਜੀਵਨ ਵਾਸਤੇ ਬਹੁਤ ਪਿਆਰੇ ਤਰੀਕੇ ਦੇ ਨਾਲ ਬਿਨਾਂ ਕਿਸੇ ਭਿੰਨ ਭੇਦ ਦੇ ਬਿਨਾਂ ਕਿਸੇ ਜਾਤ ਵਿਤਕਰੇ ਦੇ ਸਭ ਨੂੰ ਇਸ ਅਮੁੱਲੇ ਗੁਣਾਂ ਦੇ ਨਾਲ ਭਰਪੂਰ ਕੀਤਾ ਜਾ ਰਿਹਾ ਹੈ ਗੁਰੂ ਸਾਹਿਬ ਜੀ ਦਾ ਸ਼ੁਕਰ ਹੈ ਮਹਾਰਾਜ ਆਪ ਸੇਵਾ ਲੈ ਰਹੇ ਨੇ ਸਾ ਸੰਗਤ ਸਾਡੀ ਜ਼ਿੰਦਗੀ ਅੰਦਰ ਜਿਹੜਾ ਸਭ ਤੋਂ ਵੱਡਾ ਬਦਲਾਅ ਆਇਆ ਹੈ ਜਿਹੜਾ ਸਭ ਤੋਂ ਵੱਡਾ ਅਸਰ ਹੁੰਦਾ ਅਸਰ ਕਬੂਲ ਦੀ ਹੈ ਜਿਹੜੀ ਸਾਡੀ ਜ਼ਿੰਦਗੀ ਉਹ ਸੰਗਤ ਦਾ ਕਬੂਲ ਦੀ ਹੈ ਜਦੋਂ ਵੀ ਜ਼ਿੰਦਗੀ 'ਚ ਬਦਲਾਅ ਆਉਣਾ ਹੈ ਭਾਵੇਂ ਉਹ ਚੰਗਾ ਬਦਲਾਅ ਹੈ ਭਾਵੇਂ ਉਹ ਮਾੜਾ ਹੈ ਉਹਦੇ ਪਿੱਛੇ ਇੱਕ ਵੱਡਾ ਕਾਰਨ ਸੰਗਤ ਹੁੰਦੀ ਹੈ ਬੰਦਾ ਉੱਤਮ ਜੀਵਨ ਵਾਲਾ ਬਣ ਸਕਦਾ ਹੈ ਜੇ ਸੰਗਤ ਉੱਤਮ ਮਿਲ ਜੇ ਮਨੁੱਖ ਨੀਚ ਜੀਵਨ ਵਾਲਾ ਵੀ ਬਣ ਸਕਦਾ ਜੇ ਕੋ ਸੰਗਤ ਮਿਲ ਜੇ ਗੁਰਦੇਵ ਜੀ ਕਹਿੰਦੇ ਨੇ ਜੀ ਉੱਤਮ ਸੰਗਤ ਉੱਤਮ ਹੋਵੇ ਗੁਣ ਕੋ ਤਾਵੇ ਔਗਣ ਤੋ ਹੈ ਗੁਣ ਕੋ ਤਾਵੇ ਦੌੜ ਕਿਹੜੇ ਪਾਸੇ ਲੱਗਦੀ ਉੱਤਮ ਸੰਗਤ ਨਾਲ ਗੁਣਾ ਵਾਲੇ ਪਾਸੇ ਔਗਣਾਂ ਦੀ ਮੈਲ ਧੋਤੀ ਜਾਂਦੀ ਹੈ ਅੰਤਸ਼ ਕਰਨ ਨਾਲੋਂ ਨਾਲ ਨਾਲੋਂ ਨਾਲ ਸ਼ੁੱਧ ਹੋਈ ਜਾਂਦਾ ਹੈ ਗੰਦਗੀ ਧੋਤੀ ਜਾਂਦੀ ਹੈ ਤੇ ਸੁਗੰਧ ਆ ਜਾਂਦੀ ਹੈ ਬਦਬੂ ਚਲੀ ਜਾਂਦੀ ਹੈ ਤੇ ਖੁਸ਼ਬੂ ਆ ਜਾਂਦੀ ਸਾਦ ਸੰਗਤ ਚੰਗਾ ਬਦਲਾਅ ਵੀ ਸੰਗਤ ਨਾਲ ਆਉਂਦਾ ਹੈ ਤੇ ਮਾੜਾ ਬਦਲਾਅ ਵੀ ਕੁ ਸੰਗਤ ਨਾਲ ਆਉਂਦਾ ਹੈ ਚੰਗੀ ਸੰਗਤ ਹੈ ਚੰਗਾ ਬਦਲਾਅ ਆ ਮਾੜੀ ਸੰਗਤ ਮਾੜੀ ਸਹਬਤ ਹੈ ਮਾੜਾ ਬਦਲਾਅ ਹੈ ਬਾਣੀ ਦੇ ਅੰਦਰ ਬਹੁਤਾ ਜ਼ੋਰ ਜਿਹੜਾ ਦਿੱਤਾ ਗਿਆ ਉਹ ਮਹਿਮਾ ਸਾਧੂ ਸੰਗ ਕੀ ਹੈ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਚੀਤਾ ਹੁਣ ਚਿੱਤ ਧੋਣ ਦਾ ਹੋਰ ਸਾਧਨ ਨਹੀਂ ਸੀ ਬੰਦੇ ਕੋਲ ਕੋਈ ਹੱਥ ਧੋਣ ਦਾ ਸਰੀਰ ਧੋਣ ਦਾ ਕੱਪੜੇ ਧੋਣ ਦਾ ਤੇ ਸਾਧਨ ਹੈਗਾ ਸੀ ਪਾਣੀ ਤੋਤਾ ਉਤਰਸ ਖੇਹੇ ਦੇ ਸਾਬੂਨ ਇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈ ਆਉਤ ਹੋਏ ਚਿੱਤ ਧੋਣ ਦਾ ਹੋਰ ਸਾਧਨ ਕੋਈ ਨਹੀਂ ਸੀ ਸਾਧ ਸੰਗਤ ਹੈ ਚਿੱਤ ਧੋਣ ਦਾ ਇੱਕੋ ਹੀ ਸਾਧਨ ਸੀ ਸੰਗਤ ਨਿਰਮਲ ਹੁੰਦਾ ਚਿੱਤ ਗੁਰਦੇਵ ਜੀ ਕਹਿੰਦੇ ਮੈਲ ਖੋਈ ਖੋਈ ਸ਼ਬਦ ਅਰਥ ਹੈ ਨਾਸ਼ ਹੋਈ ਜਿਹੜੀ ਮਲੀਨਤਾ ਸਾਡੇ ਅੰਤਿਸ਼ ਕਰਨ ਦੇ ਅੰਦਰ ਸੀ ਨਾ ਜੀ ਅੰਦਰ ਈਰਖਾ ਉੱਠਦੀ ਸੀ ਨਫਰਤ ਉੱਠਦੀ ਸੀ ਨਿੰਦਿਆ ਉੱਠਦੀ ਸੀ ਬਖੀਲੀ ਉੱਠਦੀ ਸੀ ਕਿਸੇ ਨਾਲ ਵੈਰ ਕਿਸੇ ਪ੍ਰਤੀ ਕ੍ਰੋਧ ਪਤਾ ਨਹੀਂ ਅੰਦਰੇ ਅੰਦਰ ਸੜ ਰਹੇ ਅਸੀਂ ਇਹਨੂੰ ਸ਼ਾਂਤ ਕਰਨ ਦਾ ਇਹਨੂੰ ਇਹਨੂੰ ਬੁਝਾਉਣ ਦਾ ਇੱਕੋ ਹੀ ਇੱਕ ਸਾਧਨ ਸੀ ਨਾ ਕੋ ਬੈਰੀ ਨਾ ਹੀ ਬਿਗਾਨਾ ਸਗਲ ਸੰਗ ਹਮ ਕੋ ਬਣ ਆਈ ਬਣ ਆਈ ਬੰਦੇ ਦੀ ਵੱਡੀ ਸਮੱਸਿਆ ਉਹ ਰਿਸ਼ਤੇਦਾਰਾਂ ਦੇ ਨਹੀਂ ਮਿਲ ਕੇ ਬੰਦਾ ਮੇਰੀ ਬਣਦੀ ਨਹੀਂ ਹੈ بڑے بڑے ਨੇੜੇ ਦੇ ਰਿਸ਼ਤੇ ਟੁੱਟ ਜਾਂਦੇ ਸਾਥ ਸੰਗਤ ਜੀ ਸਾਡੀ ਬਣਦੀ ਨਹੀਂ ਹੈ ਪਤੀ ਪਤਨੀ ਕਹਿੰਦੀ ਮੇਰੀ ਬਣਦੀ ਨਹੀਂ ਸਗਲ ਸੰਗ ਜਿੱਦਣ ਸੱਤ ਸੰਗੀ ਪਾ ਚੜਦੀ ਹੈ ਜੀ ਉਹ ਦਿਨ ਸਾਰਿਆਂ ਨਾਲ ਬਣਾ ਆ ਜਾਂਦੀ ਹੈ ਕੋਈ ਬਗਾਨਾ ਨਹੀਂ ਰਹਿ ਜਾਂਦਾ ਕੋਈ ਵੈਰੀ ਨਹੀਂ ਰਹਿ ਜਾਂਦਾ ਵਿਸਰ ਗਈ ਸਭ ਤਾਤ ਤਾਤ ਸ਼ਬਦ ਈਰਖਾ ਨਫ਼ਰਤ ਵੈਰ ਨਿਰਮਲ ਭਏ ਚੀਤਾ ਇਹ ਈਰਖਾ ਨਹੀਂ ਸੀ ਮੁਕਦੀ ਜਿਹਦੇ ਵਿੱਚੋਂ ਨਿੰਦਿਆ ਜਨਮ ਲੈਂਦੀ ਸੀ ਦੁਸ਼ਤ ਜਨਮ ਲੈਂਦਾ ਸੀ ਅਸੀਂ ਦੂਜੇ ਦਾ ਤੇ ਪਤਾ ਨਹੀਂ ਕੁਝ ਵਿਗਾੜਦੇ ਆ ਕਿ ਨਹੀਂ ਵਿਗਾੜਦੇ ਪਰ ਆਪਣੇ ਆਪ ਨੂੰ ਜ਼ਰੂਰ ਅੱਗ ਲਾ ਲੈਂਦੇ ਇਕੱਲੇ ਬੈਠੇ ਕਰੀਜੀ ਜਾ ਰਹੇ ਆ ਉਹ ਮੈਨੂੰ ਚੰਗਾ ਨਹੀਂ ਲੱਗਦਾ ਉਹ ਆਪਣੇ ਘਰ ਬੈਠਾ ਉਚੈਂ ਦੀ ਨੀਂਦ ਸੁੱਤਾ ਹੋਏਗਾ ਤੇ ਅਸੀਂ ਕ੍ਰਿਜੀ ਜਾ ਰਹੇ ਹਾਂ ਅੰਦਰ ਹੀ ਅੰਦਰ ਦਿਨ ਰਾਤ ਇਹ ਤਾਤ ਪ੍ਰਾਈ ਸਭ ਖਤਮ ਹੋ ਗਈ ਕਦੋਂ ਖਤਮ ਹੋਈ ਜੀ ਪ੍ਰਾਈ ਈਰਖਾ ਅਗ ਸੜ ਰਹੇ ਆ ਜੜਾ ਜਬ ਤੇ ਸਾਧ ਸੰਗਤ 모ਹੇ ਪਾਈ ਜਬ ਤੇ ਜਦੋਂ ਤੂੰ ਸੰਗਤ ਮਿਲੀ ਸਾਧ ਸੰਗਤ ਮਿਲੀ ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ ਮੈਲ ਖੋਈ ਕੋਟ ਅਗ ਹਰੇ ਨਿਰਮਲ ਭਏ ਮਲ ਰਹਿਤ ਹੋਇਆ ਚਿੱਤ ਜੀ ਚਿੱਤ ਨੂੰ ਧੋਣ ਦਾ ਕੋਈ ਸਾਧਨ ਨਹੀਂ ਸੀ ਬੜੀ ਦੁਨੀਆ ਤੇ ਤੀਰਥ ਨਦੀਆਂ ਨਾਲੇ ਸਭ ਤਨ ਦੀ ਅਰੋਗਤਾ ਤਨ ਦੀ ਤੰਦਰੁਸਤੀ ਵਾਸਤੇ ਸੀ ਚਿੱਤ ਨੂੰ ਧੋਣ ਦਾ ਇੱਕੋ ਜਿਹਾ ਸਾਧਨ ਹੈ ਸਾਧੂ ਸੰਗ ਸਾਧੂ ਸੰਗ ਭਜੋ ਗੋਪਾਲ ਆਨ ਸੰਜਮ ਕਿਸ਼ਨਾ ਸੂਝੈ ਇਹ ਯਤਨ ਕਾਟ ਕਲ ਕਾਲ ਇਹ ਉਦਮ ਕਰ ਇਹਦੇ ਨਾਲ ਕਾਲ ਦੀਆਂ ਫਾਇਆਂ ਕੱਟੀਆਂ ਜਾਣੀ ਸਾਧ ਕੇ ਸੰਗ ਨਾਹੀ ਕਸ਼ਕਾਰ ਦਰਸ਼ਨ ਭੇਟਤ ਬੜੇ ਬੜੇ ਲੋਕੀ ਤਾਪ ਕਰ ਰਹੇ ਸਾਧਨਾ ਕਰ ਰਹੇ ਸਰੀਰ ਸੁੱਕ ਗਏ ਪਿੰਜਰ ਹੋ ਗਏ ਭੁੱਖੇ ਨੰਗੇ ਕੁੰਦਰਾ ਪਹਾੜਾਂ ਬਰਫਾਂ ਚ ਕੁਛ ਨਹੀਂ ਕਰਨਾ ਪਿਆ ਜੀ ਜਿੱਦਾਂ ਦੀ ਸਾਧਨਾ ਸੰਸਾਰ ਕਰ ਰਿਆ ਸੀ ਜਿੱਦਾਂ ਦਾ ਤਾਪ ਜਗਤ ਕਰ ਰਿਆ ਸੀ ਕੁਝ ਨਹੀਂ ਕਰਨਾ ਗਿਆ ਪਰ ਕਰਨਾ ਪਿਆ ਸੰਗਤ ਵਿੱਚ ਜੁੜੇ ਸਹਿਜ ਨਾਲ ਜੁੜੇ ਉਹ ਕਿੰਨਾ ਸੌਖਾ ਤਰੀਕਾ ਜੀ ਨਾ ਹੀ ਕਸ਼ਕਾਲ ਦਰਸ਼ਨ ਭੇਟਤ ਹੋਤ ਨਿਹਾਲ ਸਾਧਕਾ ਸੰਗ ਕਲੂਖਤ ਹਰੈ ਸਾਧਕਾ ਸੰਗ ਨਰਕ ਪਰ ਹਰੈ ਨਾਉ ਤੇਰਾ ਨਰੰਕਾਰ ਹੈ ਨਾ ਹੀ ਲੈ ਨਰਕ ਨਾ ਜਾਈਏ ਜਦੋਂ ਸੰਗਤ ਚ ਜੁੜ ਕੇ ਸੁਰਤ ਜੁੜੀ ਵਾਹਿਗੁਰੂ ਜੀ ਦੇ ਨਾਲ ਤੇ ਜੰਮ ਵੀ ਕਹਿੰਦੇ ਵੀ ਨਾ ਪਈ ਸਾਨੂੰ ਤੇ ਹੁਕਮ ਕਰਕੇ ਭੇਜਿਆ ਵੀ ਅਸੀਂ ਨਹੀਂ ਉੱਥੇ ਜਾਣਾ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉ ਨਾ ਤੂੰ ਨਹਿ ਛਟੈ ਨਿਕਟ ਨਾ ਜਾਏ ਦੂਤ ਛਟਕਾਰਾ ਨਹੀਂ ਹੋਣਾ ਇੰਨਾ ਪ੍ਰਤਾਪ ਐ ਸੰਗਤ ਦਾ ਜੀ ਜਿਸ ਪ੍ਰਤਾਪ ਨੂੰ ਵੇਖ ਕੇ ਜੰਮ ਦੂਤ ਛੱਡ ਜਾਏ ਪ੍ਰਤਾਪ ਤੁਹਾਡਾ ਦੇਖ ਕੇ ਜਮਦੂਤ ਉਹ ਵੀ ਭੱਜ ਕੇ ਦੂਰ ਹੋਈ ਨਾ ਵੀ ਹੱਥ ਨਹੀਂ ਪਾਉਣਾ ਸੀ ਕਿੱਡੀ ਕਮਾਲ ਦੀ ਸਾਡੇ ਚ ਗਿਰਦੇ ਵਾਹਿਗੁਰੂ ਜੀ ਨੇ ਐ ਸੁਰੱਖਿਅਤ ਅਸੀਂ ਸਹਿਜ ਆਨੰਦ ਵਿੱਚ ਬੈਠੇ ਨਾ ਈਰਖਾ ਅੰਦਰ ਆਵੇ ਲਕੀਰ ਕੱਢੀ ਐ ਨਾ ਵੈਰ ਅੰਦਰ ਆਵੇ ਨਾ ਤਾਤ ਭرائی ਅੰਦਰ ਆਵੇ ਸਗਲ ਸੰਗ ਹਮ ਕਿੰਨਾ ਸੁਖੀ ਜੀਵਨ ਆ ਜੀ ਜਿਨ੍ਹਾਂ ਨੂੰ ਸਤ ਸੰਗਤ ਦਾ ਰੰਗ ਚੜਿਆ ਜਿਨ੍ਹਾਂ ਨੂੰ ਸਾਧੂ ਸੰਗ ਮਿਲਿਆ ਮਾਗ ਪੁਨੀਤ ਭਈ ਤੀਰਥ ਅੰਤਰ ਜਾਣਿਆ ਸਾਜਨ ਸਹਿਜ ਮਿਲੇ ਗੁਣ ਗਹਿ ਅੰਕ ਸਮਾਨਿਆ ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਬੰਕੇ ਤੁਦ ਭਾਵੈ ਸਰਨ ਆਵੈ ਆਹੀ ਸਰੋਵਰ ਹੈ ਸਾਡੇ ਵਾਸਤੇ ਮਾਗ ਮੱਜਨ ਸੰਗ ਸਾਧ ਨਿਰਮਲ ਭਏ ਚੀਤਾ ਵਾਸਤੇ ਨਾ ਜੀ ਸਰੀਰ ਦੇ ਇਸ਼ਨਾਨ ਲਈ ਜਰੂਰ ਅਸੀਂ ਜਲ ਵਰਤੀਏ ਤਨ ਦੀ ਰੋਗਤਾ ਮਿਲੇਗੀ ਲਾਭ ਹੋਏਗਾ ਇਹ ਨਹੀਂ ਕਿ ਫਾਇਦਾ ਨਹੀਂ ਹੈ ਪਰ ਚਿੱਤ ਧੋਣ ਵਾਸਤੇ ਆ ਸਰੋਵਰ ਹੈ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਕਮਾਏ ਹੋਏ ਪਾਪ ਇਸ ਸਰੋਵਰ ਚ ਚੁੱਭੀ ਲਾਇਆ ਉਤਰਦੇ ਜੀ ਸਾਧ ਸੰਗ ਮਲ ਲਾਥੀ ਨਿਰਮਲ ਭਏ ਚੀਤਾ ਸਾਧਕਾ ਸੰਗ ਕਲੂਖਤ ਹਰੈ ਸਾਧ ਸੰਗ ਨਰਕ ਪਰ ਹਰੈ ਸਾਦ ਕਾ ਸੰਗ ਹਲਤ ਪਲਤ ਸਵਾਰ ਐ ਵੇਖੋ ਕਿੰਨੀ ਕਲਾ ਵਰਤਰੀ ਐ ਕਿੰਨੇ ਫਾਇਦੇ ਗੁਣਾਏ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਦਰਲੇ ਤ੍ਰਿ ਭਵਨ ਸੂਝਿਆ ਗੁਰਪੀਠ ਪਨੀਤਾ ਮੈਲ ਖੋਈ ਕੋਟ ਅਗ ਹਰੇ ਸੋ ਇਹ ਦਰਵਾਜਾ ਐ ਜੀ ਗੁਰੂ ਨਾਨਕ ਦੇ ਘਰ ਦਾ ਦੁਨੀਆ ਉੱਤੇ ਤੁਹਾਨੂੰ ਕੁਝ ਲੋਕ ਸ਼ਾਇਦ ਇਦਾਂ ਦੇ ਵੀ ਮਿਲ ਜਾਣ ਕਦੀ ਕਦੀ ਜੀ ਮਨ ਸਾਫ਼ ਚਾਹੀਦਾ ਜੀ ਬੰਦੇ ਨੂੰ ਸਮਝ ਚਾਹੀਦੀ ਹੈ ਜਿਹਨੂੰ ਕਹਿੰਦੇ ਆ ਦਿਮਾਗ ਦੀ ਦੌੜ ਸੰਗਤ ਕਰਕੇ ਕਿਹੜੀ ਬਹੁਤੀ ਗੱਲ ਬੁਰ ਕਿਹੜਾ ਬਹੁਤਾ ਗੁਰਦੁਆਰੇ ਰੋਜ਼ ਬੈਠੇ ਆ ਇਹ ਕਿਉਂ ਜ਼ਰੂਰੀ ਸੀ ਨਾਲ ਅਕੈਡਮੀਆਂ ਦੇ ਇਦਾਂ ਵੀ ਕਹਿੰਦੇ ਸਾਧ ਸੰਗਤ ਜਿਨ੍ਹਾਂ ਨੇ ਦਿਮਾਗ ਸਿਰਫ ਤੇਜ਼ ਕੀਤੇ ਨਾ ਉਹ ਕਹਿੰਦੇ ਜੀ ਬੰਦਾ ਵੈਸੇ ਹੀ ਠੀਕ ਠਾਕ ਚਾਹੀਦਾ ਗੁਰਦੁਆਰੇ ਰੋਜ਼ ਗਿਆਨ ਕੀ ਹੁੰਦਾ ਸੰਗਤ ਕੀਤੇ ਆ ਕੀਂ ਮਨ ਸਾਫ਼ ਚਾਹੀਦਾ ਪਰ ਸਤਿਗੁਰੂ ਜੀ ਕਹਿੰਦੇ ਵੀ ਮਨ ਸਾਫ਼ ਤਾਂ ਹੁੰਦਾ ਜੇ ਸੰਗਤ ਮਿਲੇ ਬੁੱਧੀ ਕਹਿੰਦੀ ਆ ਵੀ ਕੀ ਕਰਨਾ ਜਾ ਕੇ ਵੈਸੇ ਮਨ ਸਾਫ਼ ਚਾਹੀਦਾ ਪਰ ਸਤਿਗੁਰੂ ਕਹਿੰਦੇ ਮਨ ਸਾਫ਼ ਤਾਂ ਹੁੰਦਾ ਬਿਨ ਸੰਗਤ ਮੈਲ ਪਰਿਚੈ ਜੀਓ ਵੱਡਪਾਗੀ ਹਰ ਸੰਗਤ ਪਾਵੈ ਕਦੀ ਨਾ ਕੋਸੀਏ ਵੀ ਹਾਇ ਅਸੀਂ ਨਗੂਨੇ ਅਸੀਂ ਨਕਰਮੇ ਜੇ ਸਾਨੂੰ ਆ ਮਿਲ ਗਈ ਹੈ ਨਾ ਜਿੱਥੇ ਜਿੱਥੇ ਤੁਸੀਂ ਚੌਂਕੜੇ ਮਾਰੇ ਆ ਜਾਂ ਜਿਹੜੇ ਵੀਰ ਸੂਰਤ ਕਰਕੇ ਜਿੱਥੇ ਜਿੱਥੇ ਸੁਣ ਰਹੇ ਆ ਸਮਝ ਲਓ ਤੁਹਾਡੇ ਮੁਕੱਦਰ ਜਾਗ ਪਿਆ ਪੋਜੀਟਿਵ ਥਿੰਕਿੰਗ ਜਿਹੜਾ ਜਿਹੜਾ ਬਾਣੀ ਚੋਂ ਜ਼ਰੂਰੀ ਅੰਛ ਲੈਣਾ ਸਮਝ ਕਦੀ ਨਾ ਟੈਂਦੀ ਕਲਾ ਚ ਜਾਓ ਮਹਾਰਾਜ ਨੇ ਵੱਡੀ ਬਖਸ਼ਿਸ਼ ਕੀਤੀ ਜੋ ਸਾਨੂੰ ਦਿੱਤਾ ਉਹ ਦੁਨੀਆ ਦੇ ਵਿੱਚ ਵੱਡੇ ਵੱਡੇ ਮਹਿਲਾਂ ਵਾਲਿਆਂ ਨੂੰ ਨਹੀਂ ਨਸੀਬ ਹੋਇਆ ਕਿਤੇ ਬੈਠਣਗੇ ਇੱਥੇ ਚੌਂਕੜੇ ਲਾ ਕੇ ਜਿਹੜੇ ਅੱਜ ਦਿਨੋਂ ਦੁਨੀਆ ਸਲੂਟ ਮਾਰਦੀ ਉਹ ਡਰੇ ਪਏ ਵਿਚਾਰੇ ਸਗੀਨਾ ਦੇ ਸਾਏ ਹੇਠਾਂ ਜੂਣ ਵਾਲੇ ਆ ਵੱਡੇ ਤੁਹਾਡੇ ਮੁਕੱਦਰ ਭਾਗ ਜਾਗੇ ਬਟ ਭਾਗੀ ਹਰ ਸੰਗਤ ਪਾਵੈ ਭਾਗਹੀਣ ਭ੍ਰਮ ਚੋਟਾਂ ਖਾਵੈ ਤੱਕੇ ਖਾਰੇ ਇਹੀ ਵੱਡੀ ਅਮੀਰੀ ਹੈ ਜੀ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਪਰਿਚੈ ਜਿਉ ਮੈਲ ਨਹੀਂ ਉਤਰਦੀ ਭਰਿਆ ਰਹਿੰਦਾ ਬੰਦਾ ਨਿਰਮਲ ਭਏ ਚੀਤਾ ਨਹੀਂ ਹੁੰਦਾ ਹੁਣ ਵੇਖੋ ਚੇਤ ਨਿਰਮਲ ਹੋਏਗਾ ਭਾਂਡਾ ਨਿਰਮਲ ਹੋਏਗਾ ਤੇ ਵਸਤ ਪਏਗੀ ਨਾ ਜੀ ਤੇ ਭਾਂਡੇ ਨੂੰ ਪਵਿੱਤਰ ਕਰਨ ਲਈ ਸਾਧਨ ਕੀ ਹੈ ਸਾਧ ਸੰਗਤ ਸਾਧ ਸੰਗਤ ਅਸਥਾਨ ਜਗ ਮਗ ਨੂਰ ਹੈ ਉਹਦੇ ਪ੍ਰਕਾਸ਼ ਹੀ ਪ੍ਰਕਾਸ਼ ਹੈ ਜਗਦਾ ਹੋਇਆ ਮਗਦਾ ਹੋਇਆ ਸੂਰਜ ਹੈ ਸਾਧ ਸੰਗਤ ਅਸਥਾਨ ਜਿੱਥੇ ਸਭ ਭੇਖ ਦੇਸ ਜਾਂਦਾ ਹੈ ਰੋਸ਼ਨ ਹੋ ਜਾਂਦਾ ਜੀਵਨ ਚੰਗੇ ਮਾੜੇ ਦੀ ਸਮਝ ਆ ਜਾਂਦੀ ਹੈ ਜਦੋਂ ਅਸੀਂ ਸੰਗਤ ਵਿੱਚ ਜੁੜਦੇ ਹਾਂ ਨਿਰਮਲ ਭੈ ਚੀਤਾ ਬਿਨ ਸੰਗਤ ਮੈਲ ਭਰੀਜਾ ਜੀ ਉਹ ਐ ਦਾਵਾ ਆ ਤੂੰ ਤੇ ਕਹਿੰਦਾ ਨਾ ਮਨ ਸਾਫ ਚਾਹੀਦਾ ਸੰਗਤ ਕਰਨ ਦੀ ਲੋੜ ਨਹੀਂ ਸਤਿਗੁਰੂ ਕਹਿੰਦੇ ਸੰਗਤ ਕਰਨ ਤੋਂ ਬਿਨਾ ਮਨ ਸਾਫ ਹੁੰਦਾ ਹੀ ਨਹੀਂ ਮੈਲ ਲੱਗੀ ਰਹਿੰਦੀ ਐ ਬੜੀ ਵਾਰੀ ਸਵਾਲ ਆਇਆ ਮਨ 'ਚ ਮੈਂ ਕਈ ਵਾਰੀ ਸਾਂਝੀ ਵੀ ਕੀਤੀ ਗੱਲ ਵੀ ਸਤਿਗੁਰੂ ਜੀ ਜਦੋਂ ਅਸੀਂ ਤੁਹਾਡੀ ਬਾਣੀ ਪੜ੍ਹਦੇ ਆਂ ਤੇ ਤੁਸੀਂ ਬੜੇ ਬੜੇ ਪਾਪੀਆਂ ਦਾ ਜ਼ਿਕਰ ਕੀਤਾ ਤੇ ਤਰਿਆਂ ਹੋਿਆਂ 'ਚ ਜ਼ਿਕਰ ਕੀਤਾ ਜਦੋਂ ਤੁਸੀਂ ਇਕ ਹੁੰਦਾ ਬਦ ਇੱਕ ਹੁੰਦਾ ਬਦਨਾਮ ਬਾਦ ਤੇ ਬਖੇਰੇ ਲੋਕੀ ਹੋਣਗੇ ਪਤਾ ਨਹੀਂ ਕਿੰਨਿਆਂ ਕ ਬਦੀਆਂ ਨੇ ਅੰਦਰ ਲੁਕੀਆਂ ਹੋਈਆਂ ਦੁਨੀਆ ਦੇ ਵਿੱਚ ਕਿਦਨ ਸਮਾਜਿਕ ਮੌਤ ਹੋਣੀ ਹੈ ਜਦ ਤਨ ਬਦਨਾਮ ਹੋ ਗਏ ਫਿਰ ਦੁਨੀਆ ਨਹੀਂ برداشت ਕਰਦੀ ਹੁਣ ਜਿਹੜੇ ਰੱਜ ਕੇ ਬਦਨਾਮ ਸੀ ਤੁਸੀਂ ਉਹਨਾਂ ਦਾ ਨਾਮ ਤਰਿਆਂ ਹੋਇਆਂ ਚ ਲਿਖਿਆ ਕਿੰਨੇ ਕ ਬਦਨਾਮ ਅਜਾਮਲ ਪਾਪੀ ਕੀ ਲਿਖਿਆ ਜੱਗੇ ਜੱਗ ਜਾਣੇ ਪੂਰਾ ਨਸ਼ਾ ਕਿੰਨੇ ਕ ਔਗਣ ਗਣ ਕਾ ਪਾਪਨ ਹੋਏ ਕਾ ਪਾਪਾਂ ਕਾ ਗਲ ਹਾਰ ਪ੍ਰੋਤਾ ਮੰਨ ਲਓ ਸਿਰ ਤੋਂ ਪੈਰਾਂ ਤੱਕ ਹਾਰ ਪ੍ਰੋਇਆ ਵਿੰਨਿਆ ਹੁੰਦਾ ਨਾ ਜਿੱਦਾਂ ਇੰਨਾ ਪਾਪ ਹੀ ਪਾਪ ਦਿਸ਼ਕਰਮ ਹੀ ਦਿਸ਼ਕਰਮ ਬੁਰੀਾਈ ਬੁਰੀਾਈ ਕਲੰਕ ਕੀ ਕਲੰਕ ਸਮਾਜ ਵਿੱਚ ਪੂਰੇ ਨਸ਼ਰ ਹੋਏ ਲੋਕ ਲੋਕੀ ਕੋਲੋਂ ਦੀ ਨ ਲੰਘਣ ਪਰ ਤੁਸੀਂ ਇੱਥੇ ਤਰਿਆ ਹੋਇਆ ਚ ਗਿਣਿਆ ਨਿਮਖ ਮਾਹੇ ਨਿਸਤਾਰਾ ਗਿਆ ਕਿਦਾਂ ਤਰ ਗਏ ਏਡੇ ਏਡੇ ਗੁਨਾਹਗਾਰ ਏਡੇ ਏਡੇ ਪਾਪੀ ਬੱਜਰ ਪਾਪੀ ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਇੱਕ ਸਾਧਨ ਹੈ ਉਹ ਹੈ ਸਤ ਸੰਗਤ ਮਹਿਮਾ ਸਾਧੂ ਸੰਗ ਕੀ ਔਰ ਇਹ ਗੱਲ ਸਤਗੁਰੂ ਜੀ ਨੇ ਕਹਿੰਦੇ ਸਧਾਰਨ ਨਹੀਂ ਪੂਰੀ ਕਸੌਟੀ ਤੇ ਪਰਖ ਕੇ ਤਤ ਕੱਢ ਕੇ ਤੁਹਾਡੇ ਸਾਹਮਣੇ ਰੱਖ ਦਿਆਂ ਤਤ ਕੱਢ ਕੇ ਵੇਖੋ ਤੁਸੀਂ ਕਿਤਾਬ ਖਰੀਦਣ ਲੱਗੋ ਨਾ ਤੇ ਤੁਸੀਂ ਰਾਈਟਰ ਵੇਖਦੇ ਹੋ ਵੀ ਅੱਛਾ ਇਹ ਰਾਈਟਰ ਬੜਾ ਮਕਬੂਲ ਹੈ ਵਾਕਈ ਇਹਦੇ ਇਹਦੇ ਤਤ ਜਿਹੜੇ ਨੇ ਉਹ ਬੜੇ ਪਾਇਦਾਰ ਹੋਣਗੇ ਹੁਣ ਤਤ ਗੁਰੂ ਸਾਹਿਬ ਨੇ ਕੱਢੇ ਆ ਸਧਾਰਨ ਬੰਦੇ ਨਹੀਂ ਤੇ ਮਹਾਰਾਜ ਕਹਿੰਦੇ ਪੂਰੇ ਤਤ ਕੱਢ ਕੇ ਤੁਹਾਡੇ ਸਮਖਿ ਰੱਖਦੇ ਆ ਕਿ ਜਿਨ੍ਹਾਂ ਦੀ ਜ਼ਿੰਦਗੀ ਪਾਪਾਂ ਚ ਗਰਕੀ ਹੋਈ ਆ ਉਹ ਵੀ ਕਿਵੇਂ ਤਰ ਗਏ ਤੁਹਾਨੂੰ ਤਾਂ ਕਿ ਸਾਨੂੰ ਵੀ ਰਾਹ ਖੁੱਲ ਜੇ ਵੀ ਉਹ ਤਰ ਗਏ ਅਸੀਂ ਕਿਉਂ ਨਹੀਂ ਤਰ ਸਕਦੇ ਉਹ ਕਿਦਾਂ ਤਰੇ ਜੀ ਖੋਜਤ ਖੋਜਤ ਸੁਣੀ ਇਹ ਸੋਏ ਖੋਜਤ ਖੋਜਤ ਕੀ ਤਤ ਕੱਢਿਆ ਇੱਕ ਵਾਰ ਸਾਰੇ ਕਿਰਪਾ ਕਰਿਓ ਸਾਦ ਸੰਗਤ ਬਿਨ ਤਰਿਓ ਨਾ ਕੋਏ ਸਾਦ ਸੰਗਤ ਬਿਨ ਤਰਿਓ ਨਾ ਕੋਏ ਖੋਜਤ ਖੋਜਤ ਸੁਣੀ ਇਹ ਸੋਏ ਖੋਜਤ ਖੋਜਤ ਸੁਣੀ ਇਹ ਸੋਏ ਸਾਧ ਸੰਗਤ ਬਿਨ ਤਰਿਓ ਨਾ ਕੋਏ ਸਾਦ ਸੰਗਤ ਬਿਨ ਤਰਿਓ ਨ ਕੋਇ ਸਾਦ ਸੰਗਤ ਬਿਨ ਤਰਿਓ ਨ ਕੋਇ ਨਾ ਹਰ ਭਜਿਓ ਨਾ ਗੁਰਜਨ ਸੇਵਿਓ ਨਹ ਉਪਜਿਓ ਕਛ ਗਿਆਨਾ ਘਟ ਹੀ ਮਾਹੇ ਨਰੰਜਨ ਤੇਰੇ ਤੈ ਖੋਜਤ ਉਧਿਆਨਾ ਮੁਕਤ ਪੰਥ ਜਾਣਿਓ ਤੈ ਨਾਹਿਨ ਧਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥਾ ਆਪ ਬੰਧਾਇਆ ਕਿਸ ਪਾਸੇ ਪੈ ਗਏ ਤੂੰ ਭਾਈ ਖਟਨ ਦੀ ਵੇਲੇ ਤੂੰ ਸੁੱਤਾ ਪਿਆ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਨੂੰ ਜਗਾ ਰਹੇ ਸਾਧ ਸੰਗਤ ਸੰਗ ਵੇਖੋ ਇੱਕ ਮੈਂ ਬੇਨਤੀ ਕਰਦਾ ਇੱਕ ਤੇ ਹੋ ਰੂਹਾਂ ਹੋਣਗੀਆਂ ਨੇ ਜਿਨ੍ਹਾਂ ਨੇ ਸਤ ਬਾਬਾ ਬាទਰ ਸਿੰਘ ਜੀ ਹੋਰਾਂ ਦੀ ਸੰਗਤ ਕੀਤੀ ਹੋएगी ਅਸੀਂ ਵੀ ਉਹਨਾਂ ਦੀ ਸੰਗਤ ਕਰ ਸਕਦੇ ਆ ਉਹਨਾਂ ਨੇ ਸੰਗਤ ਕਿਵੇਂ ਕੀਤੀ ਹੋएगी ਧਿਆਨ ਦੇਣਾ ਕੇਵਲ ਚਿਹਰਾ ਵੇਖ ਕੇ ਨਹੀਂ ਉਹਨਾਂ ਦਾ ਜੀਵਨ ਵੇਖ ਕੇ ਜਦੋਂ ਸੰਤ ਬਾਬਾ ਬាទਰ ਸਿੰਘ ਜੀ ਜਾਂ ਹੋਰ ਕੋਈ ਵੀ ਗੁਰਮੁਖ ਰੂਹ ਕਿਤੇ ਜਾਂਦੀ ਹੈ ਆਪ ਸਪੋਜ਼ ਕਰਿਏ ਪਿਸ਼ਬਦ ਨਾ ਪ੍ਰਗਟ ਹੋਣ ਸਤੰਭ ਬਣ ਕੇ ਕੋਈ ਖੜਾ ਹੈ ਕੁਝ ਲੋਕੀ ਬੜਾ ਕੁਛ ਬੋਲਦੇ ਸੀ ਬੋਲਣ ਵਾਲੇ ਬਹੁਤ ਸਨ ਹੁਣ ਵੀ ਹੁੰਦੇ ਐ ਸਾਸੰਗਤ ਪਰ ਸੋਚ ਕਦੋਂ ਉਜਾਰੇ ਵਾਲੀ ਬਣਦੀ ਚਾਨਣ ਵਾਲੀ ਜਦੋਂ ਵਿਚਾਰ ਆਉਂਦੀ ਹੈ ਸਿੱਖੀ ਅਸਲ ਚ ਹੈ ਹੀ ਵਿਚਾਰ ਤੇ ਟਿਕੀ ਹੋਈ ਹੈ ਸਥੂਲਤੇ ਨਹੀਂ ਵਿਚਾਰ ਤੇ ਟਿਕੀ ਹੋਈ ਹੈ ਤੇ ਜਿੰਨੀ ਦੇਰ ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ ਹੁੰਦਾ ਆਹੀ ਸਾਡੀ ਸੰਗਤ ਦੀ ਬੁਨਿਆਦ ਹੈ ਜੀ ਜਦ ਲਗ ਦੁਨੀਆ ਰਹੀ ਹੈ ਨਾਨਕ ਕਿਸ ਸੁਣੀਐ ਕਿਸ ਕਹੀਐ ਇੱਥੇ ਕੀ ਹੈ ਗੁਰੂ ਕੀ ਵਿਚਾਰ ਨੂੰ ਗ੍ਰਹਿਣ ਕਰਨਾ ਜਦੋਂ ਅਸੀਂ ਕਿਸੇ ਗੁਰਮੁਖ ਰੂਹ ਕੋਲ ਬੈਠਦੇ ਆ ਤੇ ਮਤਲਬ ਇਹ ਨਹੀਂ ਹੈ ਕਿ ਅਸੀਂ ਚਿਹਰਾ ਵੇਖਿਆ ਤੇ ਪਰਤਾਏ ਮਤਲਬ ਇਹ ਹੈ ਕਿ ਵਿਚਾਰਾਂ ਦਾ ਆਦਾਨ ਪ੍ਰਦਾਨ ਸਿੱਖੀ ਸਿੱਖਿਆ ਗੁਰੂ ਵਿਚਾਰ ਵਿਚਾਰ ਵਾਸਤੇ ਵੇਖੋ ਕਿੰਡੀ ਦੂਰ ਅੰਦੇਸ਼ੀ ਸੀ ਉਹ ਵਕਤ ਜਦੋਂ ਪਹਿਲਾ ਬੀਬੀਆਂ ਦੀ ਵਿਦਿਆ ਦਾ ਪ੍ਰਬੰਧ ਮਹਾਂਪੁਰਖਾਂ ਨੇ ਕੀਤਾ ਉਹ ਸੁਪਨਾ ਵੀ ਨਹੀਂ ਸੀ ਲਿਆ ਜਾ ਸਕਦਾ ਜੀ ਪਰ ਇੱਕ ਸੋਝੀ ਹੈ ਨਾ ਜੀ ਅੰਦਰ ਦੀ ਚੇਤਨਾ ਹੈ ਕਿ ਵਿਚਾਰ ਤੋਂ ਬਿਨਾ ਜੀਵਨ ਨਹੀਂ ਬਦਲਣਾ ਸੋ ਸੰਗਤ ਦੀ ਬੁਨਿਆਦ ਕੀ ਹੈ ਵਿਚਾਰ ਉਹ ਸਰੀਰਾਂ ਕਰਕੇ ਹੋ ਜਾਏ ਉਹ ਪੁਸਤਕਾਂ ਕਰਕੇ ਹੋ ਜਾਏ ਜਾਂ ਅੱਜ ਤੁਹਾਡੇ ਕੋਲ ਆ ਜਿਹੜੇ ਸਾਧਨ ਨੇ ਵੀਰਾਂ ਨੇ ਕੈਮਰੇ ਲਾਏ ਆ ਆਡੀਓ ਵੀਡੀਓ ਬੇਅੰਤ ਸਾਧਨ ਨੇ ਜੀ ਮੈਂ ਫਿਰ ਬੇਨਤੀ ਕਰ ਰਿਹਾ ਵੀ ਸੰਗਤ ਦੀ ਬੁਨਿਆਦ ਕੀ ਹੈ ਜੀ ਵਿਚਾਰ ਭਾਵੇਂ ਸਰੀਰਾਂ ਕਰਕੇ ਜੁੜ ਕੇ ਬੈਠੀਏ ਵਿਚਾਰਾਂ ਦੀ ਸਾਂਝ ਕਰੀਏ ਚੰਗੀਆਂ ਪੁਸਤਕਾਂ ਦੀ ਸਾਂਝ ਕਰੀਏ ਈਮਾਨਦਾਰੀ ਨਾਲ ਦੱਸਿਓ ਕਿੰਨੇ ਕੁ ਗੁਰਮਤ ਪਿਆਰੇ ਜਿਨ੍ਹਾਂ ਨੇ ਇੱਥੋਂ ਪੁਸਤਕਾਂ ਲੈ ਕੇ ਹੱਪ ਕਿੰਨੀਆਂ ਪੁਸਤਕਾਂ ਛਾਪੀਆਂ ਹੋਈਆਂ ਜੀ ਅੱਜ ਤੱਕ ਕੋਈ ਕੋਈ ਗਿਣਤੀ ਹੈ ਜੀ ਕਿੰਨੀਆਂ ਕਿ ਬਾਬਾ ਜੀ ਛਾਪੀਆਂ ਸੈਕੜਿਆਂ 'ਚ ਹਜ਼ਾਰਾਂ 'ਚ ਪਰ ਦੁੱਖ ਹੁੰਦਾ ਸਾਧ ਸੰਗਤ ਜੀ ਅਸੀਂ ਆਪਣੇ ਬੱਚਿਆਂ ਨੂੰ ਚिटਕ ਨਹੀਂ ਲਾਉਂਦੇ ਪੁਸਤਕਾ ਪੜਨ ਦੀ ਕਿਉਂਕਿ ਅਸੀਂ ਆਪ ਨਹੀਂ ਪੜਦੇ ਬੜੀ ਬਾਰੀ ਪੁੱਛੀਦਾ ਮਹਾਪੁਰਖਾਂ ਦੇ ਜੀਵਨ ਜਿਨ੍ਹਾਂ ਲੋਕਾਂ ਨੇ ਪੜ੍ਹੇ ਉਹਨਾਂ ਦੇ ਜੀਵਨ ਬਦਲ ਗਏ ਜੀ ਕਿਉਂਕਿ ਉਹ ਉਹਦੇ ਵਿਚਾਰ ਵਿੱਚੋਂ ਦਰਸ਼ਨ ਹੋ ਰਹੇ ਨੇ ਨਾ ਉਹਨਾਂ ਦੇ ਮੈਂ ਇੱਕ ਬੇਨਤੀ ਬੜੀ ਹੱਥ ਜੋੜ ਕੇ ਨਿਮਰਤਾ ਨਾਲ ਕਰਦਾ ਠੀਕ ਹੈ ਤੁਸੀਂ ਪਿਆਰ ਕਰਦੇ ਹੋ ਸਾਨੂੰ ਪਤਾ ਲੱਗੇ ਵੀ ਉਹ ਕਿਸ ਤਰ੍ਹਾਂ ਦੇ ਚਿਹਰਾ ਮੋਹਰਾ ਸੀ ਅਸੀਂ ਵੀ ਉਦਾਂ ਦਾ ਚਿਹਰਾ ਮੋਹਰਾ ਬਣਾਈਏ ਉਹਨਾਂ ਦੇ ਚਿੱਤਰ ਤਸਵੀਰਾਂ ਤੁਸੀਂ ਲਾਂਦੇ ਹੋ ਪਰ ਜ਼ਿੰਦਗੀ ਉਸ ਦਿਨ ਬਦਲੇਗੀ ਜਿੱਦਨ ਤੁਸੀਂ ਵਿਚਾਰ ਨਾਲ ਜੁੜਨਾ ਸਿੱਖੀ ਆਉਂਦੀ ਵਿਚਾਰ ਨਾਲ ਹੈ ਜੀ ਸੋ ਇਹ ਸੰਗਤ ਕਰਨ ਦੀ ਬੁਨਿਆਦ ਹੈ ਆਏ ਅਸੀਂ 2 ਘੰਟੇ ਬੈਠ ਕੇ ਕਈ ਵਾਰੀ ਤੇ ਉਂਗਦੇ ਪਏ ਵਿਚਾਰ ਨਾਲ ਸਾਂਝ ਹੀ ਨਹੀਂ ਬਣੀ ਗੱਲ ਨਹੀਂ ਬਣ ਰਹੀ ਲਾਹਾ ਨਹੀਂ ਪੂਰਾ ਮਿਲ ਰਿਹਾ ਇਸ ਵਿਚਾਰ ਨੇ ਸਾਡੇ ਅੰਦਰ ਦੀ ਵਿਚਾਰ ਨੂੰ ਬਦਲਣਾ ਜਦੋਂ ਅਸੀਂ ਗੁਰੂ ਦੀ ਵਿਚਾਰ ਸਤ ਸੰਗਤ ਦੀ ਵਿਚਾਰ ਗ੍ਰਹਿਣ ਕਰਨੀ ਹੈ ਤੇ ਫਿਰ ਸਾਤ ਸੰਗਤ ਸਾਡੀ ਵਿਚਾਰ ਨੇ ਬਦਲਣਾ ਤੇ ਜਦੋਂ ਵਿਚਾਰ ਨੇ ਬਦਲਣਾ ਫਿਰ ਕਰਮ ਨੇ ਬਦਲਣਾ ਜਦੋਂ ਕਰਮ ਨੇ ਬਦਲਣਾ ਫਿਰ ਸੰਸਕਾਰ ਬਦਲਨੇ ਆ ਅਮਲ ਬਦਲਨੇ ਆ ਜਦੋਂ ਅਮਲ ਬਦਲਦੇ ਆ ਤੇ ਫਿਰ ਦਰਗਾਹ ਮਾਣ ਮਿਲਦਾ ਹੈ ਸ਼ੁਭ ਅਮਲ ਫਿਰ ਲੋਕ ਪਰਲੋਕ ਸਵਰਦਾ ਹੈ ਤੇ ਜੇ ਵਿਚਾਰ ਨਾ ਬਦਲੀ ਅਮਲ ਨਾ ਬਦਲੇ ਤੇ ਫਿਰ ਸ਼ੁਭ ਅਮਲਾਂ 바ਜੋ ਕੱਪੜੇ ਬਦਲਣਾ ਕੀ ਫਰਕ ਪੈਣਾ ਅਹੀ ਤੇ ਲੜਾਈ ਸੀ ਜਿਹੜੀ ਅੱਜ ਅਸੀਂ ਵੀ ਮੂਰਖਾਂ ਵਾਲੀ ਪੈ ਗਏ ਆਂ ਵੀ ਪਾਕਿਸਤ ਸਿੱਧੀ ਐ ਕਿ ਟੇਢੀ ਐ ਕਿ ਕੁੜਤਾ ਲੰਬਾ ਐ ਕਿ ਛੋਟਾ ਹੈ ਇਹੀ ਲੜਾਈ ਉਦੋਂ ਸੀ ਵੀ ਬਾਬਾ ਜੀ ਤੁਸੀਂ ਦੱਸੋ ਵੀ ਵੱਡਾ ਮੈਂ ਵੱਡਾ ਮੈਂ ਤੇ ਬਾਬਾ ਜੀ ਕਹਿੰਦੇ ਵੀ ਵਿਚਾਰ ਨੇ ਅਮਲ ਬਦਲਨੇ ਆ ਤੇ ਜੇ ਅਮਲ ਨਹੀਂ ਬਦਲੇ ਤੇ ਫਿਰ ਜਿਹੜੇ ਮਰਜ਼ੀ ਕੱਪੜੇ ਪਾ ਲਓ ਉਹਨਾਂ ਦੇ ਚਲੇ ਜਾਓਗੇ ਪੁੱਛਣ ਖੋਲ ਕਿਤਾਬ ਨੂੰ ਆਪਣੀ ਵਿਚਾਰ ਧਾਰਾ ਦੱਸੋ ਕਿਤਾਬ ਮਤਲਬ ਜਿਹੜੀ ਆਸਾ ਹੱਤ ਕਿਤਾਬ ਕਸ ਸੀ ਨਾ ਹਰ ਵੇਲੇ ਜੋ ਜੋ ਚਾਰਿਆ ਰੱਬੀ ਜੋ ਨਾਜ਼ਲ ਹੋਇਆ ਜੋ ਉਤਰਿਆ ਜੋ ਖਸਮ ਕੀ ਬਾਣੀ ਆਈ ਆਪਣੇ ਹੱਥੀਂ ਲਿਖ ਲਈ ਸਾਂਭ ਕੇ ਅਗਲੇ ਗੁਰੂ ਪਾਤਸ਼ਾਹ ਤੱਕ ਪਹੁੰਚਾਈ ਜਿਹੜੀ ਸਾਡੇ ਤੱਕ ਆ ਰੱਬੀ ਬਾਣੀ ਇਹਨ ਬਿਨ ਤੇ ਕਹਿੰਦੇ ਤੁਸੀਂ ਦੱਸੋ Hindu ਵੱਡਾ ਕੇ Muslim ਨੂੰ ਇਹ ਬੜੀ ਵੱਡੀ ਪ੍ਰੋਬਲਮ ਹੈ ਔਰ ਮੈਨੂੰ ਪਤਾ ਹੈ ਇਹ ਗੁਰਮੁਖ ਪਿਆਰੇ ਸੇਵਾ ਕਰਦੇ ਸਾਰੇ ਇਹਨਾਂ ਦੇ ਅੱਗੇ ਵੀ ਆਉਂਦੀ ਹੋਏਗੀ ਲਕੀਰ ਖਿੱਚਣ ਵਾਲੇ ਇਹ ਨਹੀਂ ਸੋਚਦੇ ਵੀ ਤੁਸੀਂ ਕੀਤਾ ਕੀ ਆ ਉਹ ਕਹਣਗੇ ਤੁਸੀਂ ਇਸ ਧੜੇ ਚ ਕੋਸ ਧੜੇ ਚ ਇਹ ਚੀਜ਼ ਨੇ ਬਹੁਤ ਮਾਰਿਆ ਜੀ ਸਾਨੂੰ ਇਹ ਬਾਬੇ ਦੇ ਅੱਗੇ ਵੀ ਆਈ ਧੰ ਗੁਰੂ ਨਾਨਕ ਮਹਾਰਾਜ ਜੀ ਉਰ ਤੇ ਕਿ ਇਸ ਧੜੇ ਚ ਕੋਸ ਧੜੇ ਚ ਬਿਲਕੁਲ ਕਲੀਅਰ ਇਹਨਾਂ ਬੇ ਨੇ ਇਦਾਂ ਹੀ ਵੀ ਸਾਡੇ ਵੱਲ ਵੋਟ ਹੈ ਕਿ ਉਧਰਲੇ ਪਾਸੇ ਤੇ ਬਾਬਾ ਜੀ ਕਹਿੰਦੇ ਦੋਨੋਂ ਹੀ ਖੂਚ ਪਏ ਬਾਬਾ ਆਖਿਆ ਹਾਜੀਆਂ ਸ਼ੁਭ ਅਮਲਾਂ ਬਾਜੋ ਦੋ ਨਰੋਈ ਉਹ ਕਹਿੰਦੇ ਅਸੀਂ ਤਿਲਕ ਵਾਲੇ ਹਾਂ ਕਹਿੰਦੇ ਅਸੀਂ ਤਸਬੀਹ ਵਾਲੇ ਆ ਅਸੀਂ ਟੋਪੀ ਵਾਲੇ ਆ ਅਸੀਂ ਧੋਤੀ ਵਾਲੇ ਹਾਂ ਗੁਰੂ ਸਾਹਿਬ ਜੀ ਕਹਿੰਦੇ ਜੇ ਅਮਲ ਨਹੀਂ ਤੇ ਭਾਵੇਂ ਗਾਤਰੇ ਵਾਲੇ ਵੀ ਹੋਣ ਸਾਡੇ ਵਾਸਤੇ ਵੀ ਹੈ ਨਾ ਜੀ ਅਮਲ ਕਿਵੇਂ ਬਦਲਣਗੇ ਜਦੋਂ ਵਿਚਾਰ ਬਦਲੇਗੀ ਵਿਚਾਰ ਕਦੋਂ ਬਦਲੇਗੀ ਜਦੋਂ ਸਾਨੂੰ ਸੰਗਤ نصیਬ ਹੋਏਗੀ ਤਿੰਨ ਹਿੱਸਿਆਂ 'ਚ ਸੰਗਤ ਨੂੰ ਵੰਡ ਸਕਦੇ ਆ ਅਸੀਂ ਇੱਕ ਹੈ ਸਰੀਰਾਂ ਕਰਕੇ ਸੰਗਤ ਆਪਾਂ ਜਿਵੇਂ ਬੈਠੇ ਆ ਸਾਰੇ ਸਰੀਰ ਤੇ ਸਰੀਰ ਬੈਠ ਕੇ ਗੱਲਾਂ ਕੀ ਕਰ ਰਹੇ ਨੇ ਨਾਮ ਜਪਣ ਵਾਲਿਆਂ ਦੀਆਂ ਬਾਤਾਂ ਤੇ ਜਦੋਂ ਤੁਸੀਂ ਉਹਨਾਂ ਦੀਆਂ ਬਾਤਾਂ ਕਰੋਗੇ ਤੇ ਕੀ ਹੋਏਗਾ ਤਿਨਾ ਦੇਖ ਮਨ ਚਾਓ ਉਠੰਦਾ ਆਵੋ ਭੈਣੇ ਗੱਲ ਮਿਲੈ ਅੰਕ ਸਹਿਲੜੀਆਂ ਮਿਲ ਕਰ ਕਰੈ ਕਹਾਣੀਆਂ ਸਮਰੱਥ ਕੰਤਕੀਆਂ ਆਓ ਸਖੀਓ ਆਓ ਰੂਹੋ ਪਿਆਰੀਓ ਆਓ ਭਾਗਾਂ ਵਾਲੀਏ ਜਿੰਦੋ ਬੈਠ ਕੇ ਕੰਤ ਦੀਆਂ ਬਾਤਾਂ ਕਰੀਏ ਕਿੰਨਾ ਪਿਆਰੇ ਲੱਗਦੇ ਹੋਣਗੇ ਜੀ ਜਦੋਂ ਸਿੱਖ ਕੋਈ ਕਰਗਲ ਸੁਣਾਵੇ ਹਰਨਾਮ ਕੀ ਸੋ ਲੱਗਾ ਗੁਰਸਿੱਖਾਂ ਮਨ ਮਿਟਾ ਕਹਿੰਦੇ ਆਓ ਬਾਤਾਂ ਕਰੀਏ ਜੀ ਜੇ ਤੇ ਗੁਰੂ ਦੀਆਂ ਬਾਤਾਂ ਕੀਤੀਆਂ ਤੇ ਕਤਲਗਾਹ ਵਿੱਚ ਬੈਠ ਕੇ ਵੀ ਸਤ ਸੰਗਤ ਹੋ ਗਈ ਤੇ ਜੇ ਗੁਰੂ ਨੂੰ ਪ੍ਰਕਾਸ਼ ਕਰਕੇ ਵੀ ਬੰਦਿਆਂ ਦੀ ਜਿੰਦਾਬਾਦ ਤੇ ਮਰਦਾਬਾਦ ਕੀਤੀ ਤੇ ਗੁਰੂ ਦੀ ਹਜ਼ੂਰੀ 'ਚ ਬੈਠ ਕੇ ਵੀ ਸਤ ਸੰਗਤ ਨਹੀਂ ਕਰ ਸਕੇ ਨਖੇਦੀ ਕਰਕੇ ਹੀ ਚਲੇ ਗਏ ਵੱਡੇ ਵੱਡੇ ਇਕੱਠ ਹੁੰਦੇ ਨੇ ਜੀ ਰਾਸੀ ਬੂਹੋਂਦੀ ਹੈ ਟੜਿਆਂ ਦੀ ਗੰਦ ਆਉਂਦੀ ਹੈ ਵਿੱਚੋਂ ਉਥੋਂ ਨਫ਼ਰਤ ਤੇ ਮਿਲ ਸਕਦੀ ਹੈ ਸ਼ੁਭ ਵਿਚਾਰ ਨਹੀਂ ਮਿਲ ਸਕਦੇ ਉੱਤਮ ਸੰਗਤ ਉੱਤਮ ਹੋਵੇ ਸਰੀਰਾਂ ਦਾ ਜੁੜਨਾ ਸ਼ੁਭ ਵਿਚਾਰਾਂ ਦੀ ਸਾਹਜ ਹੋਣੀ ਦੂਸਰਾ ਸੋਰਸਸ ਚੰਗੀਆਂ ਪੁਸਤਕਾਂ ਚੰਗੇ ਜੀਵਨ ਪੜੋ ਰੋਜ਼ ਦੀ ਇੱਕ ਸਾਖੀ ਆਪਣੇ ਬੱਚਿਆਂ ਨੂੰ ਨਾਲ ਬਿਠਾ ਕੇ ਪੜਾਓ ਬਾਬਾ ਜੀ ਦੇ ਜੀਵਨ ਚੋਂ ਪੜੀ ਗੁਰੂ ਬਾਬਾ ਜੀ ਦੇ ਸਾਥੀ ਸਨ ਰਾਗੀ ਸਿੰਘ ਤੇ ਉਹ ਰੁੱਕ ਗਏ ਕਿਤੇ ਦੁਕਾਨ ਸੱਜਨ ਸੀ ਕੋਈ ਇਲਾਕੇ ਦਾ ਤੇ ਚਲੋ ਇੱਕ ਛਿੰਨੀ ਰੁੱਕ ਗਏ ਜਿੱਥੇ دیਵਾਨ ਲੱਗਣਾ ਸੀ ਭੱਜ ਕੇ ਆ ਕੇ ਮਿਲ ਗਏ ਤੇ ਉਹ ਪੁਰਖ ਨੇ ਸ਼ੰਕਾ ਕੀਤਾ ਬਾਬਾ ਤਾਂ ਸਿੰਘ ਜੀ ਹਰਾ ਵਾਸਤੇ ਕਹਿਣ ਲੱਗੇ ਜੀ ਤੁਸੀਂ ਲੋਕਾਂ ਨੂੰ ਸੁਧਾਰਦੇ ਹੋ ਤੁਹਾਡਾ ਸਾਥੀ ਆ ਜਿਹੜਾ ਬੈਠਾ ਹੈ ਤੁਹਾਡੇ ਨਾਲ ਕੀਰਤਨ ਤੇ ਨਾਲ ਸੇਵਾ ਚ ਇਹਨੂੰ ਮੈਂ ਉਹ ਨਸ਼ੇ ਦੀ ਦੁਕਾਨ ਦੀ ਥੜੀ ਤੋਂ ਉਤਰਦਿਆਂ ਵੇਖਿਆ ਬਾਬਾ ਜੀ ਕਹਿਣ ਲੱਗੇ ਹਾਂ ਭਾਈ ਕਹਿੰਦੇ ਹਾਂ ਜੀ ਕੀ ਹੋਇਆ ਸੀ ਕਹਿੰਦੇ ਬੰਦਾ ਵਾਕਫ ਸੀ ਜੀ ਇਲਾਕੇ ਦਾ ਸੀ ਪਿੰਡ ਦਾ ਸੀ ਕੁਝ ਵੀ ਜਾਣਕਾਰ ਸੀ ਇੱਕ ਛਿਨ ਰੁਕਿਆ ਤੁਹਾਡੇ ਨਾਲ ਫੇਰ ਮਿਲ ਗਿਆ ਸਿੱਖਿਆ ਬੜੀ ਪਿਆਰੀ ਸੀ ਮਹਪੁਰਖ ਖਾਨ ਨੇ ਕਿਹਾ ਵੀ ਭਲਿਆ ਵੇਖ ਮਾੜੀ ਜਗ੍ਹਾ ਤੇ ਇੱਕ ਛਿਨ ਰੁਕਿਆ ਨਾਲੇ ਤੂੰ ਦਾਗੀ ਹੋਇਆ ਨਾਲੇ ਮੈਂ ਦਾਗੀ ਹੋਇਆ ਮਾੜੀ ਜਗ੍ਹਾ ਤੇ ਇੱਕ ਛਿਨ ਰੁਕਿਆ ਕੋ ਸੰਗਤ ਕਿਦਾਂ ਸਾਨੂੰ ਕਲੰਕ ਲਾ ਦਿੰਦੀ ਸਾਧ ਸੰਗਤ ਨੇਕਲੰਕ ਦੀ ਸੰਗਤ ਕਰਾਂਗੇ ਨਾ ਜੀ ਕੰਟੀਆਂ ਬੱਦੀ ਰਾਤਾਂ ਬੱਦੀ ਸਾਡੀ ਧੀ ਸਾਡੀ ਬੱਚੀ ਸਾਡੀ ਮਾਂ ਸਾਡੀ ਭੈਣ ਇਹ ਨੇਕਲੰਕ ਦੀ ਸੰਗਤ ਵਿੱਚ ਬੈਠੇਗੀ ਤੇ ਕਲੰਕ ਲੱਗਣੇ ਨਹੀਂ ਕਲੰਕ ਧੋਤੇ ਜਾਣੇ ਹੈ ਸੰਗਤ ਕਰਨੀ ਮੈਂ ਮਾ ਸਾਧੂ ਸੰਗ ਵਿਚਾਰ ਮੈਂ ਫਿਰ ਬੇਨਤੀ ਕਰ ਰਿਹਾ ਕਿ ਗੱਲ ਇਹ ਨਹੀਂ ਹੈ ਕਿ ਇਕੱਠ ਕਿੰਨਾ ਵੱਡਾ ਹੈ ਗੱਲ ਇਹ ਹੈ ਕਿ ਚਰਚਾ ਕੀ ਹੈ ਸੋਚ ਕੀ ਹੈ ਦੂਸਰੀ ਐ ਸੋਰਸਜ ਚੰਗੀਆਂ ਪੁਸਤਕਾਂ ਚੰਗੇ ਗ੍ਰੰਥ ਚੰਗੇ ਸੋਰਸਜ ਚੰਗੇ ਸਾਧਨ ਬੰਦੇ ਦੀ ਸੋਚ ਦਾ ਪਤਾ ਉਹਦੀ ਮੈਂਟੈਲਿਟੀ ਦਾ ਪਤਾ ਤੁਸੀਂ ਘਰ ਦੇ ਅੰਦਰ ਕਦਮ ਰੱਖੋ ਦਿਵਾਰਾਂ ਤੇ ਲੱਗੀ ਪੇਂਟਿੰਗ ਕਲੰਡਰ ਟੇਬਲ ਤੇ ਪਏ ਮੈਗਜ਼ੀਨ ਤੁਹਾਨੂੰ ਦੱਸ ਦੇਣਗੇ ਕਿ ਬੰਦੇ ਦੀ ਸੋਚ ਕੀ ਹੈ ਸੰਗਤ ਕਰ ਰਿਹਾ ਨੇ ਇਹਦੀ ਕਿਸ ਤਰ੍ਹਾਂ ਦੇ ਮੈਗਜ਼ੀਨ ਪੜ੍ਹ ਰਿਹਾ ਕਿੱਦਾਂ ਦੀ ਪੇਂਟਿੰਗਜ਼ ਲੱਗੀਆਂ ਹੋਈਆਂ ਮਾਨਸਿਕਤਾ ਦਾ ਪਤਾ ਲੱਗ ਜੇ ਇਹ ਵੀ ਸੰਗਤ ਹੈ ਟੀਵੀ ਚੈਨਲ ਸਾਡੇ ਹੱਥ 'ਚ ਰਿਮੋਟ ਹੈ ਬੱਚੇ ਕੀ ਲਾਈਕ ਕਰ ਰਹੇ ਆ ਬਜ਼ੁਰਗ ਕੀ ਕਰ ਰਹੇ ਆ ਧੀਆਂ ਕੀ ਕਰ ਰਹੀਆਂ ਇਹ ਸਾਡੇ ਉੱਤੇ ਸੰਗਤ ਦਾ ਪ੍ਰਭਾਵ ਹੈ ਸਾਡੇ ਹੱਥ ਵਿੱਚ ਸਾਰਾ ਸੰਸਾਰ ਇਹਦੇ ਤੋਂ ਉਂਗਲਾਂ ਸਾਡੀਆਂ ਚੱਲਦੀਆਂ ਨੇ ਇਹਦੇ 'ਚ ਜ਼ਹਿਰ ਵੀ ਹੈ ਇਹਦੇ 'ਚ ਅਮਰਤ ਵੀ ਹੈ ਅਸੀਂ ਕਾਦੇ ਵਪਾਰੀ ਆ ਜੇ ਤੇ ਮਨੋਦਸ਼ਾ ਮਰਤਕੌੜਾ ਵਿਖਿਆ ਮੀਠੀ ਵਾਲੀ ਆ ਫਿਰ ਡੁੱਬ ਗਏ ਇਹ ਵੀ ਸੰਗਤ ਹੈ ਇੱਕ ਛੇਨ ਲਈ ਸੋਚ ਲਿजिए ਕਿ ਕੋਈ ਸੋਰਸਜ ਨਹੀਂ ਹੈ ਕੋਈ ਦੂਜਾ ਸਰੀਰ ਨਹੀਂ ਹੈ ਉਦੋਂ ਵੀ ਸੰਗਤ ਕਰਦੇ ਆ ਸਾਧ ਸੰਗਤ ਜੀ ਆਪਣੀ ਨਿੱਜ ਦੀ ਆਪਣੀ ਫੁਰਨਿਆਂ ਦੀ ਸੰਗਤ ਇਕੱਲੇ ਬੈਠੇ ਮੰਨ ਲਓ ਕਦੀ ਐਸੀ ਨੌਬਤ ਆ ਜਾਂਦੀ ਹੈ ਤੇ ਉਹ ਅੰਦਰ ਉੱਠਣ ਵਾਲੇ ਫੁਰਨੇ ਸਾਡੀ ਸੰਗਤ ਹੈ ਜਿਵੇਂ ਪਾਂਡੇ ਵਿੱਚ ਚੰਗੀ ਵਸਤ ਪਾਈਏ ਤੇ ਚੰਗਾ ਪਾਹ ਚੜ ਜਾਂਦੀ ਹੈ। ਚਾਟੀ ਵਿੱਚ ਦਹੀਂ ਪਾਇਆ। ਚਾਟੀ ਚਿਕਨੀ ਹੋ ਗਈ। ਚਮਕ ਨਹੀਂ ਜਾਂਦੀ ਉਹਦੀ। ਤੇ ਸੱਚੇ ਬਾਦਸ਼ਾਹ ਨੇ ਸਿੱਖਾਂ ਨੇ ਕਿਹਾ ਭਾਂਡਾ ਕਿਉਂ ਚਮਕਦਾ ਵਾਰੀ ਕਹਿੰਦੇ ਕਦੀ ਇਹਦੇ ਚ ਕਿਹਾਓ ਮੱਖਣ ਰੜਕਿਆ ਜਾਂਦਾ ਦਹੀਂ ਰੜਕਿਆ ਜਾਂਦਾ ਸੀ। ਹੁਣ ਇਸ ਭਾਂਡੇ ਦੇ ਅੰਦਰ ਇਹਨੂੰ ਨਿਰਮਲ ਭਏ ਚੀਤਾ ਕਿਵੇਂ ਕਰਨਾ ਸੀ। ਇਹ ਵੀ ਪਕੜ ਰੱਖਣੀ ਕਿ ਮੇਰੇ ਇਸ ਭਾਂਡੇ ਦੇ ਅੰਦਰ ਉੱਠਣ ਵਾਲੇ ਫੁਰਨੇ ਕੀ ਨੇ। ਨੇਜ ਦੀ ਸੰਗਤ ਆਪਣੇ ਵਿਚਾਰਾਂ ਦੀ ਸੰਗਤ ਉਹ ਤਾਂ ਬਦਲਦੀ ਹੈ ਜੇ ਪਹਿਲਾਂ ਸਾਨੂੰ ਬਾਹਰੋਂ ਚੰਗੀ ਸੰਗਤ ਮਿਲੇ ਫਿਰ ਅੰਦਰ ਦੀ ਸੰਗਤ ਵੀ ਬਦਲ ਜਾਂਦੀ ਹੈ ਤੇ ਜੇ ਬਾਹਰੋਂ ਕੋ ਸੰਗਤ ਹੈ ਇਕੱਲੇ ਬੈਠ ਕੇ ਵੀ ਚੰਗਾ ਕਦੀ ਨਹੀਂ ਸੋਚ ਸਕਦੇ ਕੋਈ ਬੰਦੇ ਕਈ ਇਕੱਲੇ ਬੈਠੇ ਹੋ ਡਰੀ ਜਾ ਰਹੇ ਸਹਿਮੇ ਹੋਏ ਆ ਕੋਈ ਭੂਤੀ ਨਾ ਖਾ ਜਾਏ ਮੈਨੂੰ ਕਿਤੇ ਕਿਉਂ ਬਣਾ ਜੋ ਕੁਝ ਉਹਨਾਂ ਨੇ ਬਾਹਰੋਂ ਗ੍ਰੈਂਡ ਕੀਤਾ ਰਾਤ ਸੁੱਤੇ ਪਿਆ ਵੀ ਬਰੜਾ ਰਹੇ ਇਕੱਲਿਆਂ ਰਾਤ ਨਹੀਂ ਕੱਟ ਸਕਦੇ ਅਸਰ ਕਬੂਲਦਾ ਨਾ ਜੀ ਬੰਦਾ ਸਾਨੂੰ ਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਇਨਸਾਨ ਇਹ ਜਿੰਦਗੀ ਦਾ ਜਿਹੜੀ ਬੁਨਿਆਦ ਹੈ ਨਾ ਸੰਗਤ ਇਹ ਬਹੁਤ ਮਹੱਤਵਪੂਰਨ ਹੈ ਤੂੰ ਤੇ ਮਨੋਖ ਹੈ ਚੇਤਨ ਹੈ ਪਸ਼ੂਆਂ ਨੇ ਸੰਗਤ ਦਾ ਅਸਰ ਕਬੂਲਿਆ ਹੋਇਆ ਤੁਹਾਡੇ ਸਾਹਮਣੇ ਹੈ ਜੀ ਬਹੁਤ ਲੋਕਾਂ ਦੇ ਘਰਾਂ ਚ ਜਾਈਦਾ ਕੁੱਤੇ ਪਾਲੇ ਹੋਏ ਆ ਪੰਜਾਬੀ ਬੋਲਣ ਵਾਲਿਆਂ ਦੇ ਕੁੱਤੇ ਪੰਜਾਬੀ ਸਮਝਦੇ ਅੰਗਰੇਜ਼ੀ ਬੋਲਣ ਵਾਲਿਆਂ ਦੀ ਅੰਗਰੇਜ਼ੀ ਸਮਝ ਜਾਂਦੇ ਆ ਸਭ ਤੋਂ ਮੋਟੀ ਬੁੱਧੀ ਵਾਲੇ ਮਹਿਰੂ ਪਸ਼ੂ ਪਿੰਡਾਂ ਦੇ ਵਿੱਚ ਝੋਟੇ ਰੱਖੇ ਹੋਏ ਐ ਤੇ ਕਿਰਤ ਕਰਦੇ ਆ ਆਪਣੇ ਵੱਡਿਆਂ ਨੂੰ ਵੇਖਿਆ ਉਹ ਕਿੱਲੇ ਦੀ ਬਾਟ ਤੋਂ ਖੂ ਗੇੜ ਦੇ ਜਾਂ ਖੁਲਾੜੀ ਚਲਾਉਂਦੇ ਪਸ਼ੂਆਂ ਨੂੰ ਕਹਿੰਦੇ ਖਲੋਖ ਖਲੋਖ ਲੋ ਐ ਖੜ ਜਾਂਦੇ ਸੀ ਜੀ ਪਸ਼ੂ ਸਮਝਣ ਲੱਗ ਪਏ ਪੰਜਾਬੀ ਉਹਨਾਂ ਦੀ ਬੋਲੀ ਸੰਗਤ ਕੀਤੀ ਤੇ ਪਸ਼ੂਆਂ ਨੂੰ ਬੁੱਧੀ ਆ ਗਈ ਵੀ ਮੇਰਾ ਮਾਲਕ ਕੀ ਕਹਿ ਰਿਹਾ ਉਹ ਮੈਨੂੰ ਖਲੋ ਕਹਿ ਰਿਹਾ ਕਿ ਚੱਲ ਕਹਿ ਰਿਹਾ ਕੁੱਤਿਆਂ ਨੇ ਸਮਝ ਲਈ ਵਿਚਾਰ ਕਿ ਮੇਰਾ ਮਾਲਕ ਕੀ ਆਖ ਰਿਹਾ ਬੋਲੀ ਸਮਝ ਕੇ ਜਾਨਵਰ ਤੋਤੇ ਦੀ ਜ਼ੁਬਾਨ ਬੰਦਿਆਂ ਵਾਂਗੂ ਬੋਲਣ ਲੱਗ ਪਿਆ ਸੰਗਤ ਕਰਕੇ ਜੰਗਲਾਂ 'ਚ ਰਹਿ ਕੇ ਨਹੀਂ ਸੀ ਬਦਲਣਾ ਬਾਬਾ ਕਬੀਰ ਸਾਹਿਬ ਜੀ ਨੇ ਤੇ ਕਮਾਲ kiya ਉਹ ਕਹਿੰਦੇ ਜੀ ਬਨਸਪਤੀ ਸੰਗਤ ਦਾ ਅਸਰ ਕبول ਰਹੀ ਹੈ ਨਾ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਉਹ ਇਹ ਭੀ ਚੰਦਨ ਹੋਏ ਰਹਿ ਬਸੇ ਜੰਦ ਕਿਸੇ ਕੰਮ ਦਾ ਬੂਟਾ ਨਹੀਂ ਹੈ ਕੁਝ ਕੋਈ ਉਹਦੀ ਫਰਨੀਚਰ ਬਣਾਦੇ ਅਸੀਂ ਕਾਗ ਪਲਾਸਤਾ ਕੁਝ ਗੱਠਾਂ ਬਣਦੀਆਂ ਬਾਲਣ ਨਹੀਂ ਖਰੀਦਦਾ ਸਿਆਣਾ ਬੰਦਾ ਪੀਏ ਇਹਦੇ ਤੇ ਲੱਕੜੀ ਕੰਮ ਦੀ ਨਹੀਂ ਹੈਗੀ ਪਰ ਖੁਸ਼ਬੂ ਵਾਲਾ ਬਣ ਜਾਂਦਾ ਜੇ ਉਹਨੂੰ ਚੰਦਨ ਦਾ ਸੰਗ ਮਿਲ ਜਾਏ ਸੋ ਇਹ ਸਿੱਖੀ ਦਾ ਦਰਵਾਜ਼ਾ ਹੈ ਜੀ ਮੈਂ ਤੇ ਇਹ ਕਹਿਣਾ ਵੀ ਜਿੰਨੂੰ ਸੰਗਤ ਨਹੀਂ ਮਿਲੀ ਉਹਨੇ ਉਹ ਸਿੱਖ ਹੀ ਨਹੀਂ ਬਣਿਆ ਸਿੱਧੀ ਜੀ ਗੱਲ ਜੀ ਮੋਟੀ ਜੀ ਉਹ ਸਿੱਖ ਹੀ ਨਹੀਂ ਬਣਿਆ ਜਿੰਨੂੰ ਸੰਗਤ ਨਹੀਂ ਮਿਲੀ ਜੇ ਸਿੱਖ ਬਣਨਾ ਚਾਹੁੰਦੇ ਆਂ ਤੇ ਨੀਂ ਇਥੋਂ ਨੀਂ ਤੋਂ ਬਿਨਾ ਜਿਵੇਂ ਮਹਿਲ ਨਹੀਂ ਹੋ ਸਕਦਾ ਐਵੇਂ ਸੰਗਤ ਤੋਂ ਬਿਨਾ ਸਿੱਖ ਨਹੀਂ ਹੋ ਸਕਦਾ ਜੜ ਤੋਂ ਬਿਨਾ ਜਿਵੇਂ ਪੌਦਾ ਨਹੀਂ ਹੋ ਸਕਦਾ ਬੀਜ ਤੋਂ ਬਿਨਾ ਜਿਵੇਂ ਰੁੱਖ ਨਹੀਂ ਬਣਦਾ ਕੁਛ ਤਾਂ ਮੂਲ ਚਾਹੀਦਾ ਨਾ ਤਾਂ ਇਸ ਵਾਸਤੇ ਮੇਰੇ ਮਾਦੋ ਜੀ ਸੱਤ ਸੰਗਤ ਮਿਲੈ ਸੋ ਤਰਿਆ ਜੀ ਅਸੀਂ ਜੰਗਲ ਚ ਚਲੇ ਜਾਂਦੇ ਆਂ ਜੀ ਅਸੀਂ ਭੁੱਖੇ ਰਹਿ ਲਾਂਗੇ ਜੀ ਅਸੀਂ ਨੰਗੇ ਰਹਿ ਲਵਾਂਗੇ ਜੀ ਔਰ ਕਾਜ ਤੇਰਾ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਸ਼ੁਰੂਆਤ ਸਾਧ ਸੰਗਤ ਔਰ ਇਹ ਵੀ ਸ਼ੁਕਰ ਕਿ ਸਰੀਰ ਕਰਕੇ ਆ ਗਏ ਚਲੋ ਮਹਾਰਾਜ ਦਾ ਸ਼ੁਕਰ ਹੈ ਹੁਣ ਇਹਦੇ ਤੋਂ ਅੱਗੇ ਅਰਦਾਸ ਕਰੀਏ ਸਤਗੁਰੂ ਜੀ ਸੁਰਤ ਕਰਕੇ ਵੀ ਤੁਸੀਂ ਜੋੜਨਾ ਸਰੀਰ ਕਰਕੇ ਵੀ ਮੈਂ ਨਹੀਂ ਆਇਆ ਤੂੰ ਲੈ ਆਂਦਾ ਤੁਮ ਹੀ ਕੀ ਕਿਰਪਾ ਤੇ ਭਇਓ ਸਾਧ ਸੰਗ ਏਕਾਜ ਤੁਮ ਆਪ ਕੀਓ ਇਹ ਤੁਹਾਡੇ ਤੇ ਤਰਸ ਹੋਇਆ ਤੁਹਾਨੂੰ ਵੱਡਾ ਖਜ਼ਾਨਾ ਮਿਲ ਗਿਆ ਤੁਸੀਂ ਲੁੱਟ ਕੇ ਲਾਓ ਇਥੋਂ ਭਰ ਕੇ ਝੋਲੀਆਂ ਲੈ ਕੇ ਜਾਓ ਬਿਰਬਾ ਕੋਈ ਨਾ ਰਹਿ ਜਾਏ ਵੀ ਬੜੀ ਵੱਡੀ ਦਾਤ ਮਿਲ ਰਹੀ ਹੈ ਜੀ ਦੁਨੀਆਂ ਤੇ ਡੁੱਬ ਰਹੀ ਇਸ ਸਮੁੰਦਰ ਚ ਛੱਲਾਂ ਆ ਰਹੀਆਂ ਈਰਖਾ ਨਫ਼ਰਤ ਵੈਰ ਪਤਾ ਨਹੀਂ ਕੀ ਕੀ ਅਸੀਂ ਬੈਠੇ ਹੋਏ ਹਾਂ ਇਕੱਲੇ ਕਿਹੜੀਆਂ ਸੋਚਾਂ ਚ ਪਏ ਹਾਂ ਕੀ ਕੀ ਸਾਡਾ ਟੇਸਟ ਹੈ ਕੋਈ ਜੀਬ ਦੇ ਰਸਾਂ ਵਿੱਚ ਕੋਈ ਅੱਖਾਂ ਦੇ ਰਸਾਂ ਚ ਇੰਦਰੀਆਂ ਦੇ ਰਸਾਂ ਚ ਤੇ ਇਹ ਛੱਲਾਈ ਨੇ ਨਾ ਸਮੁੰਦਰ ਦੀਆਂ ਡੁੱਬ ਗਏ ਆ ਬੇੜਾ ਦਿੱਤਾ ਮਹਾਰਾਜ ਨੇ ਇੱਕ ਵਾਰ ਸਾਰੇ ਪੜਿਓ ਤਰਿਆ ਸਾਧੂ ਸੰਗੇ ਸਾਗਰ ਤਰਿਆ ਸਾਗਰ ਤਰਿਆ ਤਰਿਆ ਸਾਧੂ ਸੰਗੇ ਸਾਗਰ ਤਰਿਆ ਸਾਗਰ ਤਰਿਆ ਸਾਧੂ ਸੰਗੇ ਸਾਗਰ ਤਰਿਆ ਸਾਗਰ ਤਰਿਆ ਸਾਧੂ ਸੰਗੇ ਸਾਗਰ ਤਰਿਆ ਸਾਗਰ ਤਰਿਆ ਸਾਧੂ ਸੰਗੇ ਸਾਗਰ ਤਰਿਆ ਸਾਧੂ ਸੰਗੇ ਬਾਬਾ ਅਤਰ ਸਿੰਘ ਜੀ ਰੀਵੀਨਾ ਪੜਿਆ ਕਰਦੇ ਸੀ ਧਾਰਨੇ ਇਦਾਂ ਉਹਨਾਂ ਨੇ ਜਿਹੜੇ ਜਿਨ੍ਹਾਂ ਨੂੰ ਬਾਣੀ ਵਿਚਾਰਿਆ ਨੂੰ ਨਹੀਂ ਸੀ ਨਾ ਬੋਲਣੀ ਆਉਂਦੀ ਬਿਲਕੁਲ ਕੋਰੇ ਕਾਗਜ਼ ਤੋਂ ਉਹਨਾਂ ਨੇ ਸ਼ੁਰੂ ਕੀਤਾ ਬੜੀ ਬੱਦਰ ਹਾਲਤਾ ਸੀ ਸਿੱਖ ਰਾਜ ਦੀਆਂ ਗੱਲਾਂ ਤੇ ਕਰਦੇ ਆ ਪਰ ਜੇ ਚਲੋ ਮੈਂ ਇਹਨੂੰ 네ਗੇਟਿਵ ਨਹੀਂ ਜਾਣਾ ਚਾਹੁੰਦਾ ਪਰ ਜੇ ਤੁਸੀਂ ਦਸ਼ਾ ਵੇਖੋ ਨਾ ਸੁਖ ਅਵਿਸਲੀਆਂ ਕਰ ਦਿੰਦਾ ਕਈ ਵਾਰੀ ਕੌਮਾਂ ਨੂੰ ਵੇਦੀਆਂ ਨਾਲ ਵਿਆਹ ਹੋਏ ਰਾਣੀਆਂ ਸਤੀ ਹੋਈਆਂ ਮਹਾਰਾਜਾ ਰਣਜੀਤ ਸਿੰਘ ਦੀਆਂ ਰਾਣੀਆਂ ਸਤੀ ਹੋਈਆਂ ਸਭ ਉਸ ਵੇਲੇ ਮਨ ਨੂੰ ਤਰੇ ਜਾ ਰਹੇ ਸੀ ਸਿੰਘ ਸਭਾ ਲਹਿਰ ਹੋਂ ਦੇ ਵਿੱਚ ਆਈ ਠੀਕ ਆ ਉਹਨਾਂ ਨੇ ਕਿਤਾਬਾਂ ਕੱਢੀਆਂ ਡਾਕਟਰ ਭਾਈ ਵੀਰ ਸਿੰਘ ਦੀ ਵਰਗੀਆਂ ਹਸਤੀਆਂ ਨੇ ਬਹੁਤ ਲੇਖ ਲਿਖੇ ਤੇ ਸਭ ਤੋਂ ਵੱਡਾ ਜਿਹੜਾ ਪ੍ਰਭਾਵ ਪਿਆ ਖਾਸ ਕਰਕੇ ਪਿੰਡੂ ਖੇਤਰ ਚ ਬਿਲਕੁਲ ਜਿਹੜੇ ਇੱਕ ਪੂਰੀ ਵੱਡਾ ਵਖਵਾ ਸੀ ਜਿਹੜਾ ਦਹਾਕਿਆਂ ਤੋਂ ਬੁੱਧੀ ਨੂੰ ਸਿੱਖੀ ਦਾ ਕੋਹਰਾ ਕੋਈ ਗਿਆਨ ਨਹੀਂ ਸੀ ਉਹਨਾਂ ਖੇਤਰਾਂ ਦੇ ਵਿੱਚ ਜਾ ਕੇ ਇਦਾਂ ਧਾਰਨਾ ਪੜ ਪੜ ਕੇ ਨਾ ਜੀ ਉਹਨਾਂ ਨੇ ਜੋੜਿਆ ਔਰ ਲੱਖਾਂ ਲੋਕਾਂ ਨੂੰ ਅਮਰ ਧਾਰੀ ਬਣਾਇਆ ਇਹ ਸੰਗਤ ਦਾ ਜਾਦੂ ਵਰਤਿਆ ਗੁਰੂ ਦੇ ਜਹਾਜੇ ਚੜਿਆ ਸੋ ਇਹ ਸਰਲ ਤਰੀਕਾ ਸੀ ਸਾਧ ਸੰਗਤ ਜੀ ਬਈ ਬਹੁਤਾ ਕੋਈ ਉਦੇੜ ਬੁਣਨੀ ਵਾਲਾਂ ਦੀ ਖੱਲ ਨਹੀਂ ਸੀ ਲਾਉਣੀ ਪੈਂਦੀ ਤੇ ਸਿੱਧੀਆਂ-ਸਿੱਧੀਆਂ ਉਹਨਾਂ ਦੀਆਂ ਰਸ ਭਿੱਜੀਆਂ ਬਾਤਾਂ ਜਿਹੜਾ ਇੱਕ ਵਾਰੀ ਸੰਗਤ ਕਰ ਲੈਂਦਾ ਸੀ ਉਹ ਗੁਰੂ ਦੇ ਰੰਗ ਚ ਰੰਗਿਆ ਜਾਂਦਾ ਸੀ ਬਸ ਆਹ ਤਰੀਕਾ ਅਪਣਾਈਏ ਸਾਧ ਸੰਗਤ ਜੀ ਉਹਨਾਂ ਦਾ ਤੁਸੀਂ ਜੀਵਨ ਪੜੋ ਜਾ ਜਿਨਾਂ ਨੇ ਆਪਣੀ ਰੂਹ ਕਰਕੇ ਉਸ ਜੀਵਨ ਨੂੰ ਜੀਵਿਆ ਕਿਤੇ ਤੁਹਾਨੂੰ ਕਿਤੇ ਕੋਈ ਇਸ਼ਾਰੇ ਮਾਤਰ ਕੁਝ ਦਿ세ਗਾ ਕਿ ਉਹ ਕਿਸੇ ਨਾਲ ਗੁੱਸੇ ਵੀ ਹੁੰਦੇ ਸੀ ਨਫਰਤ ਵੀ ਕਰਦੇ ਸੀ ਨਹੀਂ ਭਈ ਕਿਉਂਕਿ ਵਾਹੀ ਉਹਨਾਂ ਨਾਲ ਹੈ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕੱਖ ਵੀ ਨਹੀਂ ਪਤਾ ਗੁੱਸਾ ਕਿਉਂ ਕਰਨਾ ਗੁਰੂ ਦੀਆਂ ਬਾਤਾਂ ਸਾਂਝੀਆਂ ਕਰਨੀਆਂ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਛ ਪਾਪ ਨਾ ਫੇੜੇ ਜੰਮ ਜੰਦਾਰ ਨਾ ਸਾਗਰ ਤਰਿਆ ਸਾਧੂ ਸੰਗੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਨ ਆਈ ਇਦਾਂ ਉਧਾਰ ਹੁੰਦਾ ਸਾਧ ਸੰਗਤ ਦੀ ਇੱਕ ਬੇਨਤੀ ਹੋਰ ਕਰਦਾ ਭਾਈ ਸਾਹਿਬ ਜੀ ਨੇ ਨਾ ਉਦਾਹਰਨਾ ਦਿੱਤੀਆਂ ਕੋਈ ਮਾਨਜੋਗ ਭਾਈ ਗੁਰਦਾਸ ਜੀ ਨੇ ਇਹ ਨਹੀਂ ਤੁਸੀਂ ਚਿੰਤਾ ਕਰਨੀ ਕਿ ਅਸੀਂ 2 ਘੰਟੇ ਚੌਂਕੜਾ ਲਾਉਣਾ ਅਸੀਂ ਸਾਰਾ ਦਿਨ ਬੈਠਣਾ ਕੋਈ ਗੱਲ ਨਹੀਂ ਤੁਸੀਂ ਕਿਰਤ ਕਰਨ ਵਾਲਿਓ ਕੋਈ ਗੱਲ ਨਹੀਂ ਬਾਬਾ ਕਬੀਰ ਸਾਹਿਬ ਵੀ ਕਹਿੰਦੇ ਨਾ ਕੋਈ ਕਹਿੰਦੇ ਇਹ ਕੋਈ ਹੱਥ ਨਹੀਂ ਹੈ ਕੋਈ ਜ਼ੋਰ ਨਹੀਂ ਚਲੋ ਤੁਸੀਂ ਸ਼ੁਰੂ ਤੇ ਕਰੋ ਇੱਕ ਘੜੀ ਆਦੀ ਘੜੀ ਆਦੀ ਹੁੰਤੇ ਆਤ ਭਗਤਨ ਛੇਤੀ ਗੋਸਤੇ ਜੋ ਜੋ ਸਕਿੰਟ ਵੀ ਕਿਤੇ ਗੁਜ਼ਾਰਿਆ ਲਾਹੇ ਦਾ ਹੀ ਐ ਗਵਾ ਕੇ ਕੁਝ ਨਹੀਂ ਜਾਣਾ ਸੀ ਇਹ ਮਤ ਸੋਚਣਾ ਕਿ ਕੀ ਫਾਇਦਾ ਹੋਇਆ ਫਾਇਦਾ ਹੀ ਹੋਇਆ ਗਵਾਇਆ ਕੁਝ ਨਹੀਂ ਕੁਝ ਤੇ ਸਮਾਂ ਕੱਟ ਕੁਝ ਤੇ ਪਲ ਕੱਟ ਭਾਈ ਸਾਹਿਬ ਜੀ ਨੇ ਨਾ ਤਿੰਨ ਉਦਾਹਰਨਾ ਦਿੱਤੀਆਂ ਕਵਿੱਤ ਦੇ ਅੰਦਰ ਕਹਿੰਦੇ ਜੇ ਬਹੁਤੀ ਬੇੜੀ ਪਾਣੀ ਚ ਡੁੱਬੀ ਹੋਵੇ ਤੇ ਥੋੜੀ ਜੀ ਵੀ ਬਾਹਰ ਹੋਵੇ ਨਾ ਤਾਂ ਵੀ ਪੂਰ ਪਾਰ ਲੰਘ ਜਾਂਦਾ ਹੈ ਮਤਲਬ ਥੋੜੇ ਨੂੰ ਅਸੀਂ ਕੀ ਸਮਝਦੇ ਹਾਂ ਥੋੜੇ ਨਾਲ ਵੀ ਬਹੁਤ ਕੁਝ ਸਬਰ ਸਕਦਾ ਬਹੁਤ ਕੁਝ ਸਬਰ ਸਕਦਾ ਇੱਕ ਇੱਕ ਘੜੀ ਇੱਕ ਛਿਨ ਵੀ ਕਿਤੇ ਤੁਹਾਨੂੰ ਮਿਲਦਾ ਤੇ ਲਾਹਾ ਹੀ ਲਾਹਾ ਹੈ ਭਾਵੇਂ ਚੰਗੀਆਂ ਪੁਸਤਕਾਂ ਪੜੋ ਭਾਵੇਂ ਕੋਈ ਆਡੀਓ ਵੀਡੀਓ ਕਥਾ ਸਾਧਨ ਵਿਚਾਰ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਆ ਕੇ ਬੈਠੋ ਬਾਣੀ ਪੜੋ ਸਤ ਸੰਕੁਸ਼ਤ ਤੇ ਕਰੋ ਭਾਈ ਸਾਹਿਬ ਕਹਿੰਦੇ ਜੈਸੀਏ ਬੋਝ ਭਰੀ ਨਾਵ ਉੰਗਰੀ ਦੋਏ ਬਾਰ ਹੋਤ ਪਾਰ ਪਰੈ ਪੂਰ ਸਭ ਕੁਸ਼ਲ ਬਿਹਾਰ ਫਟਾ ਬੱਦੀ ਹਿੱਸਾ ਪਾਣੀ ਚ ਡੁੱਬਿਆ ਤੇ ਥੋੜਾ ਜਿਹਾ ਕਿਨਾਰਾ ਬੇੜੀ ਦਾ ਬਾਹਰ ਹੈ ਬਸ ਇਹ ਖਿਆਲ ਰੱਖੀ ਕਿ ਪਾਣੀ ਅੰਦਰ ਨਾ ਜਾਵੇ ਕੋਈ ਗੱਲ ਨਹੀਂ ਇਹ ਸਮੁੰਦਰ ਦੇ ਵਿੱਚ ਤਰਦੀ ਦਰਿਆ ਚ ਤਰਦੀ ਬੇੜੀ ਕਿਨਾਰੇ ਪਹੁੰਚ ਜਾਂਦੀ ਹੈ ਜੈਸੇ ਏਕਾਹਾਰੀ ਮਤਲਬ ਜਿਹਨੂੰ ਅਠਾ ਪੈਰਾਂ ਚ 24 ਘੰਟਿਆਂ ਚ ਕਿਤੇ ਇੱਕ ਵੇਲੇ ਵਿਚਾਰੇ ਨੂੰ ਖਾਣ ਦਾ ਮੌਕਾ ਮਿਲਿਆ ਹੋਵੇ ਨਾ ਸਵੇਰੇ ਖਾਦਾ ਨਾ ਦੁਪਹਿਰੇ ਖਾਦਾ ਨਾ ਰਾਤ ਨੂੰ ਖਾਦਾ ਸਾਰੀ ਰਾਤ ਵੀ ਭੁੱਖਾ ਸਾਰਾ ਦਿਨ ਵੀ ਭੁੱਖਾ ਤੇ ਕਿਸੇ ਨੇ ਕਿਹਾ ਵੀ 5 ਮਿੰਟ ਸੱਜਣਾ ਹੈ ਗਿਆ ਆ ਰਸੋਈ ਚ ਬਹਿ ਜਾ ਜੋ ਖਾਣਾ ਖਾ ਲਿਆ 5 ਮਿੰਟ ਬਹੁਤ ਹੁੰਦੇ ਆ ਅਠਾ ਪੈਰਾਂ ਦੀ ਭੁੱਖ ਨਿਕਲ ਜਾਏਗੀ ਮਤਲਬ ਇਹ ਨਹੀਂ ਹੈ ਕਿ ਬਾਕੀ 24 ਘੰਟੇ ਜਾਂ ਬਾਕੀ ਅਸੀਂ ਜਿਹੜੇ ਆ 23 ਘੰਟੇ ਤੇ 55 ਮਿੰਟ ਉਹ ਵਿਅਰਥ ਗਵਾਉਣੇ ਆ ਸ਼ੁਰੂਆਤ ਤੇ ਕਰਾ ਜੈਸੇ ਏਕਾ ਹਾਰੀ ਏਕ ਘਰੀ ਪਾਕਸਾਲ ਬੈਠ ਪਾਕਸਾਲ ਕਹਿੰਦੇ ਰਸੋਈ ਨੂੰ ਭੋਜਨ ਕੈ ਵਿੰਜਨਾਦ ਸਵਾਦ ਕਾ ਆਗਾਤ ਹੈ ਜੈਸੇ ਰਾਜ ਦਵਾਰ ਕਰਤ ਜੋਹਾਰ ਜਨ ਬੰਦਾ ਕੋਈ ਪੀੜੀਆਂ ਤੋਂ ਗਰੀਬੀ ਦਾ ਦੱਬਿਆ ਹੋਵੇ ਮਾਰਿਆ ਹੋਵੇ ਗੁਰਬਤ ਦਾ ਰੋਟੀ ਖਾਨ ਨੋਨੀ ਸਿਰ ਤੇ ਛੱਤ ਨਹੀਂ ਟਡੋਂ ਭੁੱਖੇ ਪੈਰੀ ਜੁੱਤੀ ਨਹੀਂ ਤਨ ਤੇ ਕੱਪੜਾ ਨਹੀਂ ਤੇ ਪਿਓ ਦਾਦੇ ਤੋਂ ਇਸੇ ਗੁਰਬਤ ਚ ਜੁੰਦਾ ਹੋਵੇ ਤੇ ਵਕਤ ਹੁੰਦੇ ਸੀ ਕਿਤੇ ਮੌਕਾ ਮਿਲ ਜੇ ਇੱਕ ਮਿੰਟ ਕਿਤੇ ਬਾਦਸ਼ਾਹ ਆ ਰਿਹਾ ਤੇ ਉਹਨੂੰ ਫਰਿਆਦ ਦੱਸਨ ਦਾ ਤੇ ਹੋ ਸਕਦਾ ਬਾਦਸ਼ਾਹ ਖੁਸ਼ ਹੋ ਕੇ 100 200 ਕਿੱਲੇ ਦੀ ਜ਼ਗੀਰ ਹੀ ਦੇ ਦੇ ਬੜਾ ਕੀਮਤੀ ਹੁੰਦਾ ਇੱਕ ਮਿੰਟ ਵੀ ਜੈਸੇ ਰਾਜਦਵਾਰ ਕਰਤ ਜੋਹਾਰ ਜਨ ਏਕ ਘੜੀ ਪਾਸ਼ਾ ਦੇਸ਼ ਭੋਗਤਾ ਹੋਏ ਖਾਤ ਹੈ ਉਹ ਰਿਆਸਤਾਂ ਦਾ ਮਾਲਕ ਬਣ ਸਕਦਾ ਬੰਦਾ ਇੱਕ ਬਿੰਦ ਇੱਕ ਛਿਨ ਕਿਤੇ ਮਿਲ ਜੇ ਇਹ ਤਿੰਨ ਉਦਾਹਰਨਾਂ ਦੇਖ ਕੇ ਨਾ ਜੀ ਵੀ ਐ ਨਾ ਸਮਝੇ ਨਾ ਵੀ ਥੋੜਾ ਜਿਹਾ ਵੀ ਕੀ ਫਾਇਦਾ ਜੀ ਚਲੋ ਜਾਓ ਹੀ ਨਾ ਨਹੀਂ ਭਾਈ ਭਾਵੇਂ ਥੋੜਾ ਛਿੰਨ ਮਾਤਰ ਆ ਹਰ ਰੋਜ਼ ਆ ਹਰ ਰੋਜ਼ ਇਹ ਤਿੰਨ ਉਦਾਹਰਨਾਂ ਦੇਖ ਕੇ ਤੇ ਅਗਲੀ ਗੱਲ ਬੜੀ ਪਿਆਰੀ ਕਹੀ ਜੈਸੇ ਬੋਝ ਭਰੀ ਨਾਵ ਬਹੁਤੀ ਡੁੱਬੀ ਆ ਥੋੜੀ ਜੀ ਬਾਹਰ ਹੈ ਬਹੁਤਾ ਸਮਾਂ ਭੁਖਾਰਿਆ 5 ਕਿ ਮਿੰਟ ਰੋਟੀ ਖਾਣ ਨੂੰ ਮਿਲੀ ਭੁੱਖ ਮਿਟ ਗਈ ਬਹੁਤੇ ਬਰੇ ਗਰੀਬੀ ਚ ਗੁਜ਼ਰੇ ਆ 5 ਮਿੰਟ ਮਿਲੇ ਗਰੀਬੀ ਚੁੱਕੀ ਜੀ ਚੁੱਕੀ ਗਈ ਤੇ ਆਠ ਹੀ ਪਹਿਰ 60 ਘੜੀ ਮੈਂ ਜੋ 1 ਘੜੀ ਸਾਧ ਸਮਾਗਮ ਕਰੈ ਨਿਜ ਕਰ ਜਾਤ ਹੈ ਅਠਾਂ ਪੈਰਾਂ ਚ 60 ਘੜੀਆਂ ਚ ਕਿਤੇ 1 ਘੜੀ ਵੀ ਸੰਗਤ ਵਿੱਚ ਸਾਧ ਸੰਗਤ ਮਿਲੇ ਤੈਨੂੰ ਬੇਨਤੀ ਹੈ ਗੁਰੂਮ ਕੋ ਰੋਕ ਜੋ ਮਾਇਆ ਕਿਤੇ ਨਹੀਂ ਜਾਂਦੀ ਪਲੀਜ਼ ਬਹਿ ਜਾਓ ਬਹਿ ਜਾਓ ਭਾਈ ਸਾਹਿਬ ਜੀ ਨਾ ਕਰੋ ਕਿਰਪਾ ਬੜਾ ਖੜਕਾ ਹੋ ਆਠੀ ਪਹਿਰ 60 ਘੜੀ ਮੈਂ ਇੱਧਰ ਰੁਚੀ ਲਾਈਏ ਨਾ ਜੀ ਬਚਨ ਵਾਲੇ ਪਾਸੇ ਸਾਡੀ ਰੁਚੀ ਬੜੀ ਇੱਧਰ ਉੱਧਰ ਖਿੰਡ ਜਾਂਦੀ ਹੈ 60 ਪਹਿ ਆਠੀ ਪਹਿਰ 60 ਘੜੀ ਮੈਂ ਜੋ ਇੱਕ ਘੜੀ ਸਾਧ ਸਮਾਗਮ ਕਰਾ ਨਿਜ ਘਰ ਜਾਤ ਹੈ ਨਿਜ ਘਰ ਦੇ ਦਰਵਾਜ਼ੇ ਖੁੱਲ ਜਾਂਦੇ ਕਿਤੇ ਮਿੰਟ ਪੰਜ ਲੱਗ ਜਾਣ ਚੱਜਦੇ ਜਿੱਥੇ ਦੁਨੀਆ ਭਟਕਦੀ ਫਿਰਦੀ ਹੈ ਖੁਆਰ ਹੁੰਦੀ ਫਿਰਦੀ ਹੈ ਜਨਮ ਗੁਜ਼ਰ ਜਾਂਦੇ ਆ ਬਾਹਰ ਖੁਆਰ ਹੁੰਦੇ ਆ ਸੱਤ ਸੰਗਤ ਐਸਾ ਦਰਵਾਜ਼ਾ ਆ ਗੁਰੂ ਸਾਹਿਬ ਧੰਗੂ ਤੇਗ ਬਹਾਦਰ ਪਾਤਸ਼ਾਹ ਹਜ਼ੂਰ ਦਾਸੀਂ ਸਾਰਾ ਜੀਵਨ ਪੜਦੇ ਆ ਤੇ ਵੱਡੇ ਵੱਡੇ ਗੁਨਾਹਗਾਰ ਵੀ ਮਹਾਰਾਜ ਨੂੰ ਮਿਲਦੇ ਆ ਜੀਵਨ ਦੇ ਵਿੱਚ ਕੋਈ ਚੀਜ਼ ਬਦਲਾ ਲੈਂਦੀ ਐ ਸੱਤ ਸੰਗਤ ਕਿੰਨਿਆਂ ਦਾ ਜੀਵਨ ਪੜਦੇ ਆ ਜੀ ਭਾਈ ਢੀਗਾਣਾ ਜੀ ਮਿਲਦੇ ਮਹਾਰਾਜ ਨੂੰ ਕਹਿੰਦੇ ਸੱਚੇ ਪਾਤਸ਼ਾਹ ਜਿੰਨੀ ਦੇਰ ਜੀਵਾ ਤੇਰੇ ਰੰਗ ਵਿੱਚ ਜੀਵਾ ਤੇ ਭਾਈ tingana ਜਿਹਨੂੰ ਪਤਾ ਲੱਗਿਆ ਵੀ ਸੱਚੇ ਪਾਤਸ਼ਾਹ ਹਜ਼ੂਰ ਆਪਣਾ ਆਪਾ ਕੁਰਬਾਨ ਕਰਨ ਲਈ ਨਾ ਦਿੱਲੀ ਨੂੰ ਜਾ ਰਿਹਾ ਹੈ ਤੇ ਇਹਨਾਂ ਨੇ ਇੱਕ ਅਰਦਾਸ ਕੀਤੀ ਕਹਿੰਦੇ ਸਤਿਗੁਰੂ ਜੀ ਜਿੰਨੀ ਦੇਰ ਜੀਵਾ ਪਹਿਲਾਂ ਮੰਗਿਆ ਸੀ ਜਿੰਨੀ ਦੇਰ ਜੀਵਾ ਤੇਰੇ ਰੰਗ ਚ ਜੀਵਾ ਤੇ ਫਿਰ ਇਹ ਵੀ ਮੰਗਿਆ ਕਿ हे ਸੱਚੇ ਪਾਤਸ਼ਾਹ ਇਹ ਵੀ ਮੇਰੇ ਉੱਤੇ ਕਿਰਪਾ ਕਰਿਓ ਕਿ ਜਿਸ ਦਿਨ ਤੁਸੀਂ ਸਰੀਰ ਦੀ ਖੇਡ ਨੂੰ ਤਿਆਗੋ ਮੈਂ ਉਸ ਤੋਂ ਬਾਅਦ ਜੀਵਾਂ ਹੀ ਨਾ ਸਾਡੇ ਇਤਿਹਾਸ ਚ ਦਰਜ ਹੈ ਜਿਸ ਦਿਨ ਸਾਬ ਸਹੀਦ ਹੋਏ ਖੇਮ ਕਰਨ ਭਾਈ tinghana ਜੀ ਨੇ ਵੀ ਉਸੇ ਦਿਨ ਪ੍ਰਾਨ ਤਿਆਗੇ ਹੁਣ ਸਿੱਖਿਆ ਕੀ ਹੈ ਸਾਧ ਸੰਗਤ ਜੀ ਜਿਸ ਪਿਆਰੇ ਸਿ ਨੇਹੋ ਤਿਸੇ ਆਗੈ ਮਰ ਚਲੀਐ ਧ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨਾ ਕਾਦਾ ਜੀਵਨਾ ਸਾਧ ਸੰਗਤ ਜੀ ਜੇ ਟੁੱਟ ਗਏ ਧ੍ਰਿਗ ਜੀਵਨ ਲਾਨਤ ਮੰਨ ਲੋ ਸਭ ਸੁੱਖ ਮਿਲ ਜਾਣ ਭੋਗ ਪਦਾਰਥ ਮਿਲ ਜਾਣ ਤੇ ਧ੍ਰਿਗ ਮਤਲਬ ਲੱਖਾਂ ਵਾਰੀ ਲਾਨਤਾਂ ਪਾਈਏ ਨਾ ਫਟਕਾਰੀਏ ਫਿਟੇ ਮੂੰਹ ਐਸੇ ਜੀਵਨ ਦਾ ਲੱਖਾਂ ਵਾਰੀ ਜੇ ਤੇਰੇ ਤੋਂ ਟੁੱਟ ਕੇ ਜੀਵੇ ਪਾਤਸ਼ਾ ਕਿਤੇ ਜੁੜਿਆ ਤੇ ਰਹਿ ਨਾ ਜੜ ਤੇ ਲੱਗੀ ਰਵੇ ਥੋੜੀ ਦੇਰ ਹੀ ਜੁੜ ਪਾਵੇ ਕਰਾਂ ਦੇ ਅੰਦਰ ਇੱਕ ਬੇਨਤੀ ਤੁਹਾਨੂੰ ਜੀ ਚਲੋ ਸ਼ੁਰੂ ਕਰੀਏ ਸਰਲ ਬੜੀ ਸੌਖੇ ਸਮਝ ਚ ਆਜ ਨੇ ਇਹ ਮੈਂ ਬਾਣੀ ਦੀ ਵੰਡੀ ਪਾਉਣ ਲਈ ਨਹੀਂ ਕਹਿ ਰਿਹਾ ਪਰ ਇੱਕ ਸ਼ੁਰੂਆਤ ਕਰੀਏ ਪੀ 57 ਸ਼ਲੋਕ ਸਾਹਿਬ ਦੇ ਅਸੀਂ ਆਪਣੀ ਨਿਤਨੇਮ ਦਾ ਹਿੱਸਾ ਬਣਾਈ ਹੈ ਤੇ ਜਿੱਦਣ ਹਿੱਸਾ ਬਣਾ ਲੇ ਰੋਜ਼ ਚੇਤੇ ਕੀਤਾ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨਾ ਫਿਰ ਸਮਝ ਆ ਗਈ ਨਾ ਵੀ ਗਿਆ ਜੀਵਨ ਤੇ ਐਵੇਂ ਕਹੋ ਨਾਨਕ ਹਰ ਭਜ ਮਨਾ ਜਿਹ ਬਿਦ ਜਲ ਕੋਮੀਨਾ ਤੇ ਸਮਝ ਆਏਗੀ ਵੀ ਕਿਦਾਂ ਚੇਤੇ ਗੁਰੂ ਨਾਲ ਪ੍ਰੀਤ ਕਿਦਾਂ ਹੋਵੇ ਜਿਵੇਂ ਮੱਛੀ ਪਾਣੀ ਨਾਲ ਕਰਦੀ ਹੈ ਫਿਰ ਸਮਝ ਆਏਗੀ ਵੀ ਘੜੀ ਗੁਣ ਗਾਉਣ ਤੋਂ ਬਿਨਾ ਗੁਣਾ ਦੀ ਸਾਂਝ ਤੋਂ ਬਿਨਾ ਗੁਣ ਗ੍ਰਹਿਣ ਕਰਨ ਤੋਂ ਬਿਨਾ ਜੇ ਗੁਜ਼ਰ ਗਈ ਗਿਆ ਬ्यर्थ ਸਭ ਕੁਝ ਤੂੰ ਬਿਸਰਿਆ ਤੇ ਗੁਣ ਗਲ ਜਾਣਿਆ ਹਰ ਬਿਸਰਤ ਤੇਰੇ ਗੁਣ ਗਲਿਆ ਗੁਣਾ ਤੋਂ ਬਿਨਾ ਕਾਦੀ ਭਗਤੀ ਜੀਵਨ ਹੈ ਜੀ ਲਿਖੇ ਕੁਛ ਨਹੀਂ ਹੈ ਸੋ ਫਿਰ ਪਤਾ ਲੱਗੇਗਾ ਜਦੋਂ ਅਸੀਂ ਰੋਜ਼ ਇਹਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਵਾਂਗੇ ਹਿੱਸਾ ਬਣਾਵਾਂਗੇ ਇਹ ਅੱਜ ਤੋਂ ਪ੍ਰਣ ਕਰੀਏ ਜੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਰੋਜ਼ ਤੁਸੀਂ ਦਰਸ਼ਨ ਕਰੋਗੇ ਤੇ ਫਿਰ ਸਿਖਰ ਦਾ ਪਤਾ ਲੱਗੇਗਾ ਕਿ ਜ਼ਿੰਦਗੀ ਚ ਜੋ ਮਰਜੀ ਆ ਹੀ ਬਣ ਜਾਓ ਇਹਦੇ ਤੁਲ ਇਹਦੇ ਬਰਾਬਰ ਹੋਰ ਕੋਈ ਨਹੀਂ ਜਿਸ ਨੂੰ ਗੁਰੂ ਸਾਹਿਬ ਨੇ ਕਿਹਾ RAM ਨਾਮ ਔਰ ਮੈਂ ਗਇਓ ਜਾਂ ਕੈ ਸੰ ਨਹੀਂ ਕੋਈ ਜਿਨ੍ਹਾਂ ਦੇ ਉਰ ਵਿੱਚ ਵਾਹਿਗੁਰੂ ਚਲਿਆ ਗਿਆ ਉਹਦੀ ਬਰਾਬਰੀ ਕੌਣ ਕਰ ਸਕਦਾ ਜੀ ਜੇ ਸਿਮਰਤ ਸੰਕਟ ਮਿਟੈ ਜੇ ਸਿਮਰਤ ਸੰਕਟ ਮਿਟੈ ਬਿਗਨ ਵਿਨਾਸ਼ਨ ਸਭ ਦੁੱਖ ਨਾਸ਼ਨ ਸਤਿਗੁਰ ਨਾਮ ਦਰੜਾਇਆ ਜੇ ਸਿਮਰਤ ਸੰਕਟ ਮਿਟੈ ਅਸੀਂ ਐਵੇਂ ਢੇਰੀਆਂ ਟਾ ਕੇ ਬੈਠੇ ਹੋਏ ਆ ਵੀ ਮਿਲ ਸਾਧ ਸੰਗਤ ਭਜ ਕੇਵਲ ਨਾਹਰ ਭਜਿਓ ਨਾ ਗੁਰਜਨ ਸੇਵਿਓ ਨਾ ਗੁਰੂ ਦਾ ਚੇਤਾ ਆਇਆ ਵੀ ਸੰਗਤ ਕਰੀਏ ਨਾ ਰੱਬ ਚੇਤੇ ਆਇਆ ਨਾ ਉਪਜੀ ਕੋ ਕਛ ਗਿਆਨ ਨਾ ਮਨ ਰੇ ਕੌਣ ਕੁਮਤ ਤੈ ਲੀਨੀ ਤੈਨੂੰ ਗੁਰੂ ਮਤ ਦੇ ਰਿਹਾ ਗੁਰੂ ਕਹਿ ਰਿਹਾ ਬਚੀ ਬਚੀ ਖੂਚ ਨਾ ਡਿਗੀ ਤੇ ਤੂੰ ਫੇਰ ਡਿਗ ਰਿਆ ਮਤ ਦੇਣ ਵਾਲੇ ਦਾ ਜੋਰ ਲੱਗ ਗਿਆ ਤੂੰ ਕ ਮਤ ਕਿੱਥੋਂ ਲੈ ਲਈ ਤੇਰੀਆਂ ਇੰਦਰੀਆਂ ਰਸਾਂ ਚੋਂ ਨਹੀਂ ਨਿਕਲ ਰੀਆਂ ਪਰਦਾਰਾ ਨਿੰਦਿਆ ਰਸ ਰਚੇ ਹੋ ਰਾਮ ਭਗਤ ਨਾ ਕੀਨੀ ਸਾਹਿਬ ਦੇ ਚਰਨਾਂ 'ਚ ਡਿੱਗੀ ਆ ਕੇ ਏ ਦਾਤਾ ਮਾਈ ਮਨ ਮੇਰੋ ਬਸ ਨਾਹੀਂ ਨਿਸਬਾ ਸਰ ਕੀ ਕਰਾਂ ਪਾਤਸ਼ਾਹ ਕੀ ਕਰਾਂ ਨਿਸਬਾ ਸਿਰ ਬਿਖੇਨ ਕੋ ਤਾਵਤ ਕਿਹਬਿਦ ਰੋਕੋ ਤਾਂ ਹੈ ਇਹਨੂੰ ਤੇ ਜ਼ਹਿਰ ਪਿਆਰਾ ਲੱਗਦਾ ਮਹਾਰਾਜ ਜੀ ਇੱਕੋ ਸੰਗਤ ਵੱਲ ਨੂੰ ਜਾਂਦਾ ਉੱਥੇ ਘੰਟਿਆਂ ਬੱਧੀ ਭਾਵੇਂ ਟੀਵੀ ਵੇਖਦਾ ਰਹੇ ਭਾਵੇਂ ਮੋਬਾਈਲ ਤੇ ਲੱਗਾ ਰਵੇ ਭਾਵੇਂ ਨਿੰਦਿਆ ਝੂਠ ਬਖੀਲੀ ਸਾਰੇ ਮੁਲਕ ਦੀਆਂ ਬਾਤਾਂ ਕਰ ਲੋ ਉੱਥੇ ਨਹੀਂ ਅੱਕਦਾ ਕੀ ਕਰਾਂ ਜੀ ਨਿਸਬਾਸਰ ਵਿਖਣ ਕੋ ਤਾਵਤ ਕਿਹਬੇ ਦ ਰੋਕੋ ਤਾਂ ਹੀ ਕਿਵੇਂ ਰੋਕਾਂ ਮਹਾਰਾਜ ਹਾਰ ਗਏ ਨਹੀਂ ਨਹੀਂ ਬਲ ਹੋਆ ਬੰਧਨ ਛੱਟੇ ਸਭ ਕੁਛ ਹੋਤ ਉਪਾਏ ਨਾਨਕ ਸਭ ਕੁਛ ਤੁਮਰਾ ਹੱਥ ਮੈਂ ਤੁਮੀ ਹੋਤ ਸਾਈ ਉਹਨੂੰ ਆ ਕੇ ਉਹਦੇ ਚਰਨਾ ਚ ਰੱਖ ਦਈਏ ਵੀ ਮਹਾਰਾਜ ਜੀ ਤੇ ਉਹ ਕਹਿੰਦੇ ਕੋਈ ਚਿੰਤਾ ਨਾ ਕਰ ਬਲ ਨਾ ਹਾਰੀ ਹਿੰਮਤ ਕਰ ਆ ਆਪ੍ਰੋਸਾ ਸੰਗਤ ਤੋਂ ਬਿਨਾ ਨਹੀਂ ਆਉਣਾ ਨਿਸ਼ਚਾ ਹੈ ਜੜਾਂ ਤੇ ਪਾਣੀ ਮਿਲਦਾ ਸੰਗਤ ਵਿੱਚੋਂ ਫਿਰ ਇਹ ਬਾਗ ਹਰਾ ਹੋਣਾ ਫਿਰ ਮੌਲਣਾ ਇਹ ਜੀਵਨ ਸਾ ਸੰਗਤ ਜੀ ਉਹ ਉਹਨਾਂ ਗੁਰਮੁਖਾਂ ਲੱਖਾਂ ਲੋਕਾਂ ਦਾ ਜੀਵਨ ਕਿਵੇਂ ਪਲਟ ਗਿਆ ਜੀ ਬਸ ਮਹਿਮਾ ਸਾਧੂ ਸੰਗ ਕੀ ਔਰ ਕਮਾਲ ਹੋ ਗਈ ਜੀ ਆਪ ਸਿੱਖੀ ਕਮਾਉਣ ਵਾਲੇ ਆਪ ਗੁਰੂ ਨਾਲ ਜੁੜੇ ਤੇ ਦੂਜਿਆਂ ਨੂੰ ਗੁਰੂ ਨਾਲ ਜੋੜਨ ਵਾਲੇ ਖੰਡੇ ਬਾਟੇ ਦੀ ਪਹਲ ਕਿੰਨੀ ਕੁ ਲੋਕਾਂ ਚ ਤਲਬ ਹੋਵੇਗੀ ਕਿ ਕਹਿੰਦੇ ਜੀ ਇੱਕ ਵਕਤ ਐਸਾ ਆ ਗਿਆ ਸੀ ਵੀ ਕਕਾਰ ਵੀ ਪੂਰੇ ਨਹੀਂ ਸੀ ਹੁੰਦੇ ਹੁੰਦੇ ਕਿੰਨੀ ਕੁ ਤਲਬ ਕਿੱਦਾਂ ਪੈਦਾ ਹੁੰਦੀ ਸਾਧ ਸੰਗਤ ਜੀ ਤੇ ਜੇ ਮੰਨ ਲਓ ਵੀ ਉਹ ਕਿਤੇ ਨਾਮ ਰੱਤੀ ਰੂਹ ਦੀ ਸੰਗਤ ਲੋਕਾਂ ਨੂੰ ਨਾ ਹੋਈ ਹੁੰਦੀ ਫਿਰ ਫਿਰ ਇਹ ਅੱਜ ਦੀਵਾਨ ਨਾ ਸੱਜਦੇ ਇੱਕ ਗੁਰੂ ਵਰਤਦਾ ਆਪਣੇ ਸਿੱਖਾਂ ਰਹੀ ਗੁਰਸਿੱਖਾਂ ਅੰਦਰ ਸਤਗੁਰ ਵਰਤਦਾ ਤੋ ਅਸੀਂ ਘਰ ਬੈਠੇ ਪਰਿਵਾਰਾਂ ਚ ਬੈਠੇ ਜਿੱਥੇ ਵੀ ਹਾਂ ਸਾਡਾ ਇਹ ਧਰਮ ਹੈ ਸਾਧ ਸੰਗਤ ਜੀ ਸਾਡਾ ਸਾਡਾ ਜੀਵਨ ਹੀ ਅਧੂਰਾ ਇਹਦੇ ਤੋਂ ਬਿਨਾ ਤੇ ਮੁੱਕ ਜਾਵਾਂਗੇ ਅਸੀਂ ਮੁੱਕ ਜਾਵਾਂਗੇ ਸਾਧ ਸੰਗਤ ਜੀ ਜਦੋਂ ਵਸਤ ਅਮੋਲਕ ਚਾਹੁੰਦੇ ਆ ਤੇ ਇਸ ਚਿੱਤ ਦੇ ਭਾਂਡੇ ਨੂੰ ਮਿਲ ਸੰਤ ਸਭਾ ਮੰ ਮਾਂਜਿਆ ਮਾਂਜਦੀਆਂ ਨੇ ਨਾ ਪੈਣਾ ਡਸਟਬਿਨ ਨੂੰ ਨਹੀਂ ਮਾਂਜਣ ਦੀ ਲੋੜ ਪੈਂਦੀ ਜਿਹਦੇ ਚ ਦੁੱਧ ਪਾਉਣਾ ਉਹਨੂੰ ਮਾਂਜਦੀਆਂ ਡਸਟਬਿਨ ਚ ਗੰਦਗੀ ਪੈਣੀ ਹੈ ਤੇ ਗੰਦਗੀ ਵਾਲਾ ਗੰਦਾ ਹੀ ਰਹੇ ਤੇ ਚਿੰਤਾ ਨਹੀਂ ਜੇ ਪਵਿੱਤਰ ਵਸਤੂ ਪਾਉਣੀ ਚਾਹੁੰਦਾ ਨਿਰਮਲ ਕੋਈ ਆਚਾਰ ਵਿਹਾਰ ਪਾਉਣਾ ਚਾਹੁੰਦਾ ਤੇ ਇਸ ਭਾਂਡੇ ਨੂੰ ਮਨਜਨ ਦਾ ਸਾਧਨ ਹੈ ਸੰਗਤ ਬਾਬਾ ਕਬੀਰ ਸਾਹਿਬ ਜੀ ਦੇ ਜੀਵਨ ਦੀ ਇੱਕ ਬੜੀ ਪਿਆਰੀ ਜੀ ਗਾਥਾ ਹੈ ਉਹਨਾਂ ਕੋਲ ਕੋਈ ਪੁਰਖ ਆਇਆ ਵੀ ਮिन्नੂ ਵੀ ਦਿਓ ਜੀ ਉਪਦੇਸ਼ ਤੇ ਮੈਂ ਜਾਵਾਂ ਬੜਾ ਬੜਾ ਪੱਜਾ ਅਮੀਰ ਤਨਾੜ ਸਮਾਂ ਨਹੀਂ ਮੇਰੇ ਕੋਲ ਜੀ ਬੜੀ ਦੁਨੀਆ ਐਸੀ ਮਿਲੇਗੀ ਪੈਸੇ ਹੈਗੇ ਆ ਲੈ ਲੋ ਸਮਾਂ ਨਹੀਂ ਹੈਗਾ ਨਹੀਂ ਭਾਈ ਪੈਸਿਆਂ ਤੋਲਿਆਂ ਨਹੀਂ ਮਿਲਣਾ ਕੰਚਨ ਸਿਓ ਪਾਈਆ ਨਹੀਂ ਤੋਲ ਬਾਬਾ ਜੀ ਨੇ ਵੇਖਿਆ ਵੀ ਬਹੁਤ ਉਤਾਵਲਾ ਉਹ ਮੈਂ ਸੰਖੇਪ ਕਰਾਂ ਬਾਤ ਨੂੰ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਉੱਠਿਆ ਹੁਣ ਬਚਨ ਚੱਲ ਰਹੇ ਸੀ ਉਹ ਬੇਚੈਨ ਹੋਇਆ ਜੀ ਮੈਨੂੰ ਵੀ ਉਪਦੇਸ਼ ਦਿਓ ਜੀ ਮੈਂ ਵੀ ਆਇਆ ਜੀ ਹੁਣ ਰੱਬੀ ਬਾਣੀ ਜਦੋਂ ਨਾਜ਼ਿਲ ਹੁੰਦੀ ਸੀ ਉੱਤਰਦੀ ਸੀ ਉਹ ਗੁਰ ਉਪਦੇਸ਼ ਲੋਕੀ ਡ੍ਰਿੜ ਕਰਦੇ ਸੀ ਉਹਨਾਂ ਨੇ ਵੇਖ ਲਿਆ ਤੇ ਉਹ ਸਾਬ ਨੇ ਬਾਣੀ ਚ ਬਚਨ ਲਿਖਿਆ ਹੋਏ ਵਾਲ ਛਲ ਕਰ ਛੱਤ ਕੱਢ ਦੇ ਫਿਰ ਜਾਏ ਬਹਿ ਕੁੜਿਆਰਾ ਪਾਸ ਚੇਤੀ ਨਹੀਂ ਲੱਗਦਾ ਉਹਨਾਂ ਦਾ ਉਥੇ ਸੱਚ ਵਰਤਦਾ ਕੁੜਿਆਰਾ ਚਿੱਤ ਉਦਾਸ ਉਹਨਾਂ ਨੇ ਵਿਅੰਗ ਨਾਲ ਨਾ ਸਮਝਾਉਣ ਦਾ ਤਰੀਕਾ ਵੇਖੋ ਬਾਬਾ ਜੀ ਦਾ ਕਹਿਣ ਲੱਗੇ ਕੀ ਦੇਵੇਂਗਾ ਉਪਦੇਸ਼ ਮੰਗਣ ਵਾਲਿਆ ਉਹ ਕਹਿੰਦਾ ਜੀ ਮੇਰੇ ਕੋ ਬੜਾ ਕੁਛ ਹੈ ਦੱਸੋ ਕੀ ਦਿਆਂ ਇਹਨੂੰ ਕਹਿੰਦੇ ਆ ਭਾਂਡਾ ਜੇ ਸਾਫ਼ ਨਹੀਂ ਹੈ ਹੀ ਨਿਕਲ ਰਹੀ ਆ ਹਉਮੈ ਫੇ ਮੈਂ ਸੇਵਾ ਕੀਤੀ ਮੈਂ ਇਹ ਸੇਵਾ ਕੀਤੀ ਹੱਸ ਪਏ ਬਾਬਾ ਜੀ ਕਹਿਣ ਲੱਗੇ ਚਲ ਇਦਾਂ ਕਰ ਦੁੱਧ ਦਾ ਕਟੋਰਾ ਲੈ ਕੇ ਆ ਉਹ ਗੜਵਾ ਦੁੱਧ ਦਾ ਲਿਆਇਆ ਭੱਜ ਕੇ ਲਓ ਜੀ ਬਸ ਅਹੀ ਚਾਹੀਦਾ ਕਹਿੰਦੇ ਨਹੀਂ ਕਹਿੰਦੇ ਲੋਕ ਕਾਦੇ ਚ ਪਾਵਾਂ ਤੇ ਉਹਨਾਂ ਨੇ ਨਾ ਮਲੀਨ ਜਿਹਾ ਇੱਕ ਗੰਦਾ ਮੈਲਾ ਕਚੈਲਾ ਬਰਤਨ ਜਰਜਰਾ ਉਹ ਕੀਤਾ ਅੱਗੇ ਕਹਿੰਦੇ ਇਹਦੇ ਚ ਪਾ ਦੇ ਬਾਬਾ ਕਬੀਰ ਸਾਹਿਬ ਇਹ ਬਰਤਨ ਵਾਲੇ ਵੇਖਦਾ ਤੇ ਸਮਝ ਆ ਗਈ ਵੀ ਬਹੁਤਾ ਗੰਦਾ ਹੈ ਕਿੰਨ ਲੱਗਾ ਜੀ ਇਹ ਗੰਦਾ ਬੜਾ ਇਹਨੂੰ ਸਾਫ਼ ਕਰਵਾ ਲਓ ਨਹੀਂ ਤੇ ਫਾਇਦਾ ਕੋਈ ਨਹੀਂ ਹੋਣਾ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਆਹੀ ਤੈਨੂੰ ਸਮਝਾ ਰਹੇ ਆ ਤੂੰ ਵਸਤ ਮੰਗਦਾ ਇਹਨੂੰ ਸਾਫ਼ ਕਰ ਲੈ ਪਹਿਲਾਂ ਸੋ ਇਸ ਭਾਂਡੇ ਨੂੰ ਧੋਣ ਦਾ ਚਿੱਤ ਨੂੰ ਨਿਰਮਲ ਕਰਨ ਦਾ ਸਾਧਨ ਸੰਗਤ ਹੈ ਜੇ ਸੰਗਤ ਨਹੀਂ ਤੇ ਬਿਨ ਸੰਗਤ ਮੈਲ ਭਰੀ ਜਾ ਜੀ ਇਨੂੰ ਮੰਨਣਾ ਹੈ ਮਿਲ ਸੰਤ ਸਭਾ ਸੰਤ ਸਹਾਈ ਰਾਮ ਕੇ ਹਾਂ ਇਹ ਸ਼ਰਤ ਹੈ ਵੀ ਉਹ ਰਾਮ ਦੇ ਹੋਣ ਆਂ ਦੇ ਨਾ ਹੋ ਜਾਣ ਕਿਤੇ ਸਾਥ ਸੰਗਤ ਇਹ ਬਦ ਕਿਸਮਤੀ ਹੋ ਗਈ ਸਾਡੀ ਆਂ ਨੇ ਮਾਰ ਲਿਆ ਅੱਜ ਸਾਨੂੰ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਅਰਦਾਸ ਕਰੀਏ ਭੈਣੋ ਮੈਂ ਤੁਹਾਨੂੰ ਬੇਨਤੀ ਕਰਦਾ ਆਪਣੇ ਘਰਾਂ ਨੂੰ ਸਤ ਸੰਗੀ ਰੂਪ ਦਿਓ ਬੱਚਿਆਂ ਨਾਲ ਭੋਜਨ ਛਕਣ ਲੱਗਿਆਂ ਸੌਣ ਲੱਗਿਆਂ ਜਗਾਉਂਦਿਆਂ ਕਿਤੇ ਗੁਰੂ ਚੇਤੇ ਆਵੇ ਰੋਟੀ ਪਕਾਉਂਦੇ ਆ ਵਰਤਾਉਂਦੇ ਆ ਤੇ ਸੱਚੀ ਮੁੱਚੀ ਜਿੱਥੇ ਫਿਰ ਵਾ ਗੁਰੂ ਚੇਤੇ ਆਉਂਦਾ ਨਾ ਉਹ ਸੱਚਖੰਡ ਬਣ ਜਾਂਦੇ ਘਰ ਤਹਾਂ ਬੈਕੁੰਠ ਜੈ ਕੀਰਤਨ ਤੇਰਾ ਤੇ ਤੁਹਾਡੇ ਹੱਥ ਵਿੱਚ ਬਹੁਤ ਕੁਝ ਹੈ ਤੁਸੀਂ ਸੱਚਖੰਡ ਵੀ ਬਣਾ ਸਕਦੇ ਹੋ ਤੇ ਉਜਾੜ ਵੀ ਬਣਾ ਸਕਦੇ ਹੋ ਭਾਈ ਜੇ ਘਰ ਸਾਧਨਾ ਸੇਵਿਓ ਹਰ ਕੀ ਸੇਵਾ ਨਾਹੀਂ ਤੇ ਘਰ ਮਰਹਟ ਸਾਰਖੀ ਮੜੀਆਂ ਵਰਗੇ ਹੋ ਜਾਂਦੇ ਜੀ ਉਹ ਘਰ ਸੋ ਇੱਕ ਉਪਦੇਸ਼ ਪੱਲੇ ਚ ਬੰਨ ਲੀ ਅੱਜ ਕਿ ਅਸੀਂ ਗੁਰਦੁਆਰੇ ਵਾਲੀ ਸੰਗਤ ਜਿਹੜੀ ਆ ਨਾ ਜੋ ਇੱਥੋਂ ਵਿਚਾਰਾਂ ਦਾ ਸ਼ੁਭ ਵਿਚਾਰਾਂ ਦਾ ਅਦਾਨ ਪ੍ਰਦਾਨ ਆਪਣੇ ਘਰ ਲੈ ਕੇ ਜਾਣੇ ਕਰਦੇ ਡਰਾਈング ਰੂਮ ਚ ਕਰਦੇ ਬੈੱਡਰੂਮ ਵਿੱਚ ਕਰਦੀ ਰਸੋਈ ਵਿੱਚ ਗੁਰੂ ਆਵੇ ਫਿਰ ਘਰ ਸੱਚਖੰਡ ਬਣਨਗੇ ਸੁੱਖ ਆਏਗਾ ਔਰ ਐਸਾ ਸੁੱਖ ਫਿਰ ਪਤਾ ਲੱਗੇਗਾ ਉਹ ਮੈਂ ਤੇ ਸੋਚਿਆ ਸੀ ਸੋਫੇ ਤੇ ਬੈੱਡ ਖਰੀਦ ਕੇ ਸੁੱਖ ਆਉਣਾ ਹੈ ਪਤਾ ਤੇ ਹੁਣ ਲੱਗਿਆ ਵੀ ਸੁੱਖ ਕਿੰਨੂ ਕਹਿੰਦੇ ਹੈ ਮਹਾਰਾਜ ਤੁਹਾਡੇ ਸਾਰਿਆਂ ਦੇ ਘਰਾਂ ਵਿੱਚ ਸਿੱਖੀ ਸਿਦਕ ਬਖਸ਼ਣ ਨਾਮ ਦੀ ਦਾਤ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਸ਼ਲੋਕ ਪਰਿਵਾਰਾਂ ਨੂੰ ਲੈ ਕੇ ਸ਼ੁਰੂ ਕਰ ਲਈ ਆਪਾਂ ਸਾਰੇ ਵੀ ਇਕੱਠੇ ਬਹਿ ਕੇ ਪੜਿਆ ਕਰਾਂਗੇ ਆਨੰਦ ਵਰਤੇਗਾ ਯਕੀਨ ਕਰਿਓ ਸਾਧ ਸੰਗਤ ਸਭ ਦਾ ਧੰਨਵਾਦ ਅਸੀਸ ਦੇਣੀ ਮੈਂ ਬਹੁਤ ਰਿਣੀ ਆ ਵੀ ਸਾਰੇ ਵੀਰ ਪੱਲੇ ਮੇਰੇ ਕੁਝ ਨਹੀਂ ਪਰ ਆਵਾਜ਼ ਮਾਰ ਕੇ ਤੁਹਾਡੀਆਂ ਅਸੀਸਾਂ ਚੋਲੀ ਚਪਵਾ ਦਿੰਦੇ ਆ ਔਰ ਸਭ ਤੋਂ ਵੱਡੀ ਇਹ પ્રસੰਤਾ ਹੁੰਦੀ ਆ ਸਫਰੇ ਸ਼ਹਾਦਤ ਤੁਸੀਂ ਲਾਹਾ ਲੈਂਦੇ ਹੋ ਉਹਦੇ ਵਿੱਚ ਸੰਗਤ ਨੂੰ ਪਹੁੰਚਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਸ ਸਾਰੀਆਂ ਅਕੈਡਮੀਜ਼ ਬੜੂ ਸਾਹਿਬ ਵਾਲੀਆਂ ਜਿੰਨੀਆਂ ਨੇ ਅਕਾਲ ਅਕੈਡਮੀਜ਼ ਉਹ ਵੱਡਾ ਯੋਗਦਾਨ ਪਾਉਂਦੀਆਂ ਸੰਗਤ ਨੂੰ ਆਪਣੀ ਟਰਾਂਸਪੋਰਟਰਾਂ ਹੀ ਹੋਰ ਸੇਵਾਵਾਂ ਸੋ ਮਹਾਰਾਜ ਜਿੱਦਾਂ ਹੀ ਪਿਆਰ ਉਤਸ਼ਾਹ ਜਜ਼ਬਾ ਬਖਸ਼ ਕੇ ਰੱਖਣ ਮੈਂ ਸਾਰੇ ਗੁਰਸਿੱਖਾਂ ਦਾ ਸਾਰੇ ਸੇਵਾਦਾਰ ਵੀਰਾਂ ਦਾ ਸਾਰੀ ਸੰਗਤ ਦਾ ਸੱਚੇ ਪਾਤਸ਼ਾਹ ਜੀ ਦੇ ਚਰਨਾ ਚਰਦਾਸ ਕਰਦਾ ਮਹਾਰਾਜ ਜੀ ਚੜ੍ਹਦੀ ਕਲਾ ਤੇ ਪਿਆਰ ਬਖਸ਼ਣ ਮੇਰੀ ਝੋਲੀ 'ਚ ਅਸੀਸਾਂ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਜੀ ਸੋ ਰਹਾ ਹਾਰਦਿਕ ਧੰਨਵਾਦ ਹੈ ਮਹਾਨ ਵਿਦਵਾਨ ਯਾਨੀ ਹਰ ਪਾਸਿਕ ਜੀ ਦਾ ਜਿਨ੍ਹਾਂ ਨੇ ਇਸ ਮਾਗਮ ਨੂੰ ਆਪਣਾ ਝਣਦਿਆਂ ਹੋਇਆ ਉਹ ਜੀਵਿਆਂ ਵਿੱਚੋਂ ਸਮਾਂ ਕੱਢ ਕੇ ਇੱਥੇ ਹਾਜ਼ਰੀਆਂ ਭਰੀਆਂ ਹਨ ਆਸ ਕਰਦੇ ਹਾਂ ਸਾਡੇ ਇਹ ਸਾਂਝ ਜਿਹੀ ਤਰ੍ਹਾਂ ਬਣੀ ਰਹੇ